ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ। ਐਂਡ ਅਸੀਂ ਕੱਲ੍ਹ ਗੱਲ ਕਰ ਰਹੇ ਸੀਗੇ, ਅੱਜ ਮੈਂ ਕਿਹਾ ਸੀਗਾ ਕਿ ਅਸੀਂ ਕੰਟੀਨਿਊ ਰੱਖਾਂਗੇ ਕਨਵਰਸੇਸ਼ਨ। ਬਹੁਤ ਸਾਰੀ ਕਾਲ ਸੀਗੀਆਂ ਜਿਹੜੀਆਂ ਨਹੀਂ ਲਿੱਤੀਆਂ ਗਈਆਂ ਕੱਲ੍ਹ, ਬਟ ਅੱਜ ਦਾ ਗੋਲ ਹੋਰ ਹੈ। ਅੱਜ ਅਸੀਂ ਕੱਲ੍ਹ ਦੇ ਕੇਸ ਦੇ ਉੱਤੇ ਫੋਕਸ ਨਹੀਂ ਕਰਾਂਗੇ, ਕਿਉਂਕਿ ਡੈਫੀਨੇਟਲੀ ਇੱਕ ਆਈ ਡੋਂਟ ਨੋ ਤੁਸੀਂ ਸਾਰੇ ਕਿਸ ਤਰ੍ਹਾਂ ਸੋਚਦੇ ਹੋ, ਪਰ ਮੇਰਾ ਧਿਆਨ ਇਹ ਜਾਂਦਾ ਕਿ ਜਿਹੜਾ ਕੋਈ ਸਾਨੂੰ ਸਵਾਲ ਕਰਦਾ, ਆਪਣੀ ਮਨ ਦੀ ਗੱਲ ਕਰਦਾ, ਕਰੰਟਲੀ ਇਸ ਮੂਮੈਂਟ ਉਹ ਕਿਸ ਤਰ੍ਹਾਂ ਫੀਲ ਕਰ ਰਿਹਾ, ਉਹ ਸ਼ੇਅਰ ਕਰਦਾ। ਸੋ ਇਰਰਸਪੈਕਟਿਵ ਪਿੱਛੇ ਪਹਿਲੇ ਕੀ ਹੋਇਆ ਕੀ ਹੋਇਆ, ਅਸੀਂ ਦ ਬੈਸਟ ਵੀ ਕੈਨ ਉਹਨਾਂ ਨੂੰ ਬਿਨਾਂ ਜੱਜ ਕੀਤੇ ਯੂ ਨੋ ਰਾਏ ਦਈਏ, ਕਿਉਂਕਿ ਅਗੇਨ ਸਿਰਫ ਇੱਕ ਬੰਦਾ ਨਹੀਂ ਸੁਣ ਰਿਹਾ, ਉਸੀ ਸਿਚੁਏਸ਼ਨ ਵਿੱਚ ਬੜੇ ਬੰਦੇ ਆ ਜਿਹੜੇ ਸੁਣ ਰਹੇ ਹਨ। ਸੋ ਅਸੀਂ ਕੇਸ ਦੇ ਉੱਤੇ ਫੋਕਸ ਨਹੀਂ ਕਰਾਂਗੇ ਅੱਜ, ਪਰ ਸਾਡਾ ਕੱਲ੍ਹ ਜਿਹੜਾ ਗੱਲ ਕਰਦੇ ਪਏ ਸੀ ਅਤੇ ਸਾਰਿਆਂ ਦਾ ਧਿਆਨ ਬੜੀ ਜਗ੍ਹਾ 'ਤੇ ਗਿਆ ਹੋਏਗਾ ਕਿ ਇੰਝ ਨਹੀਂ ਹੋਣਾ ਚਾਹੀਦਾ ਸੀ, ਇਹ ਹੋ ਰਿਹਾ ਕਮਿਊਨਿਟੀ ਦੇ ਵਿੱਚ, ਯੂ ਨੋ ਫੋਰ ਐਗਜ਼ਾਮਪਲ ਕੌਨਫਲਿਕਟ ਸੱਸ ਸਹੁਰਿਆਂ ਦਾ ਨੂੰਹਾਂ ਨਾਲ, ਔਰ ਜ਼ਿਆਦਾ ਉਮਰ ਫਰਕ, ਦੇਖੋ ਉਹ ਜਿੰਨੀ ਕੁ ਵੀ ਹੈਗੀ ਹੈ ਉਹਦਾ 2 ਸਾਲ ਦਾ ਬੱਚਾ ਹੈ, ਸੋ ਬਹੁਤ ਵੱਡੀ ਨਹੀਂ ਹੈ। ਸੋ ਸੱਸ ਸਹੁਰਾ ਵੱਡੀ ਉਮਰ 'ਚ ਹੈ, ਸੋ ਡਿਫਰੈਂਸ ਜਿਹੜਾ ਜਨਰੇਸ਼ਨ ਦਾ ਹੈਗਾ ਉਹ ਵੱਧ ਜਾਂਦਾ। ਸੋ ਤੁਹਾਡੀ ਐਕਸਪੈਕਟੇਸ਼ਨ ਇੱਕ ਦੂਜੇ ਤੋਂ, ਤੁਹਾਡੀ ਅਸਿਮੂਲੇਸ਼ਨ, ਤੁਹਾਡੀ ਐਡਜਸਟਮੈਂਟ ਜਿਹੜੀ ਹੈ ਉਹਦੇ ਵਿੱਚ ਜ਼ਿਆਦਾ ਚੈਲੇਂਜਿੰਗ ਹੋ ਜਾਂਦੀ ਹੈ। ਸੋ ਉਹ ਹੋ ਰਿਹਾ, ਐਂਡ ਦੈਨ ਜਿਸ ਤਰ੍ਹਾਂ ਗਿਆਨ ਸਿੰਘ ਜੀ ਦਾ ਧਿਆਨ ਗਿਆ ਸੀ ਕਿ ਇੱਕ 50 ਸਾਲ ਦਾ ਬੰਦਾ ਇੰਡੀਆ ਦੇ ਵਿੱਚ, ਬਹੁਤ ਸਾਰੇ ਯੂ ਨੋ 18-18 ਸਾਲ ਦੀਆਂ ਕੁੜੀਆਂ ਇੱਥੇ ਆਉਣ ਨੂੰ ਤਿਆਰ ਨੇ, ਵੇਟ ਕਰ ਰਹੀਆਂ, ਉਹਨਾਂ ਦੇ ਪੇਰੈਂਟਸ ਹੈ ਉਹ ਭੇਜਣ ਨੂੰ ਤਿਆਰ ਨੇ, ਪਰ ਇੱਥੇ ਦੇ ਬੰਦਿਆਂ ਦੇ ਸ਼ੁੱਡ ਨੋ ਬੈਟਰ ਕਿ ਤੁਸੀਂ ਲੈ ਕੇ ਆਉਣਾ ਹੈ ਅਤੇ ਮੈਚ ਤਾਂ ਕਰੋ ਥੋੜ੍ਹਾ ਜਿਹਾ। ਔਰ ਕਿੰਨੀ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਹੁਣ ਸਟਰਕਚਰ ਫਰਕ ਹੋ ਗਿਆ, ਮੈਂ ਮੰਨਦੀ ਹਾਂ, ਬਹੁਤ ਬਿਊਟੀਫੁਲ ਟ੍ਰਡੀਸ਼ਨ ਹੈ ਸਾਡੀ ਜੁਆਇੰਟ ਫੈਮਿਲੀ ਦੀ, ਔਰ ਪਰ ਇਸ ਤਰ੍ਹਾਂ ਦੀ ਡਿਸਫੰਕਸ਼ਨਲ ਜੁਆਇੰਟ ਫੈਮਿਲੀ ਜਿਹਦੇ 'ਚ ਹਸਬੈਂਡ ਐਬਸੈਂਟ ਹੈ, ਕਿੰਨੀ ਕਿੰਨੀ ਦੇਰ ਬਾਹਰ ਰਹਿ ਰਿਹਾ, ਔਰ ਵਾਈਫ ਤੋਂ ਐਕਸਪੈਕਟ ਕੀਤਾ ਜਾਂਦਾ ਕਿ ਉਹ ਯੂ ਨੋ ਸੱਸ ਸਹੁਰੇ ਦੀ ਸੇਵਾ ਵੀ ਕਰੇ, ਗੱਲ ਵੀ ਮੰਨੇ, ਸਾਰਾ ਕੁਛ। ਸੋ ਇਟਸ ਲਾਈਕ ਇਟਸ ਅ ਇਮਬੈਲੈਂਸ, ਜਾਂ ਤਾਂ ਹੋਏ ਨਾ ਜਿੱਥੇ ਪਿਆਰ ਮੁਹੱਬਤ ਹੈ ਬਹੁਤ ਹੈ, ਉੱਥੇ ਉਹ ਆਪਣਾ ਮਾਂ ਪਿਓ ਆਕਣ ਉਹਨਾਂ ਦਾ ਧਿਆਨ ਰੱਖ ਰਹੀ ਹੈ, ਪਰ ਇਹਨਾਂ ਦੇ ਹਿਸਾਬ ਨਾਲ ਵੀ ਮਾਂ ਪਿਓ ਉਹਨਾਂ ਨੇ ਕਦੀ ਉਹਨੇ ਕਦੀ ਮੰਨਿਆ ਨਹੀਂ, ਕਦੀ ਕਿਹਾ ਵੀ ਨਹੀਂ, ਯੂ ਨੋ ਮਾਂ ਪਿਓ ਦਾ ਨਾਮ ਲੈ ਕੇ ਵੀ ਨਹੀਂ ਕਦੀ ਬੁਲਾਏ ਵੀ ਹਾਂਜੀ ਤੁਸੀਂ ਮਾਮਾ ਹੋ, ਡੈਡੀ ਹੋ, ਕੁਛ ਨਹੀਂ। ਸੋ ਉਹ ਜਿਹੜੀ ਫੀਲਿੰਗ ਹੀ ਨਹੀਂ ਹੈ, ਫਿਰ ਤੁਸੀਂ ਇੱਕ ਕੋਹੈਬਿਟੇਸ਼ਨ ਕਿ ਇੱਕ ਜਗ੍ਹਾ 'ਤੇ ਰਹਿ ਕੇ ਗੁਜ਼ਾਰਾ ਵੀ ਕਰਨਾ, ਇੱਕ ਦੂਜੇ ਦੇ ਬੈਨੀਫਿਟਸ, ਯੂ ਨੋ ਕਿ ਇਹਨਾਂ ਨੂੰ ਬੈਨੀਫਿਟ ਹੈ ਕਿ ਹਾਂ ਇਕੱਲੇ ਕਿਸ ਤਰ੍ਹਾਂ ਰਹਾਂਗੇ, ਦੂਸਰੇ ਨੂੰ ਬੈਨੀਫਿਟ ਹੈ ਕਿ ਹਾਂ ਬੱਚਾ ਦੇਖ ਲੈਣਗੇ, ਪਰ ਫਿਰ ਤੁਸੀਂ ਕੱਲ੍ਹ ਕੱਲ੍ਹ ਵੀ ਕਰ ਜਾਓ, ਜਾਂ ਤਾਂ ਮੰਨੋ ਕਿ ਹਾਂ ਇਹ ਸਾਰੇ ਬੈਨੀਫਿਟਸ ਹੈ, ਇੱਕ ਦੂਜੇ ਤੋਂ ਗ੍ਰੇਟਫੁਲ ਹੈਗੇ ਆ, ਬਾਕੀ ਚੀਜ਼ਾਂ ਇਗਨੋਰ ਕਰਨੀਆਂ ਪੈਣਗੀਆਂ, ਪਰ ਨਹੀਂ ਉਹ ਵੀ ਨਹੀਂ ਹੋ ਰਿਹਾ। ਸੋ ਜਿਹੜਾ ਕੱਲ੍ਹ ਕੱਲ੍ਹ ਹੈ, ਜਿਹੜੇ ਕਲੇਸ਼ ਆ ਹਰ ਵੇਲੇ ਦਾ, ਉਹ ਕਿੰਨਾ ਕੁ ਇੰਪੋਰਟੈਂਟ ਹੈ ਕਿ ਇੱਕ ਸਟਰਕਚਰ ਮੇਨਟੇਨ ਕਰਨਾ ਹੈ ਉਹਦੇ ਪਿੱਛੇ। ਸੋ ਜ਼ਰੂਰ ਪਲੀਜ਼ ਜ਼ਰੂਰ ਅੱਜ ਕਾਲ ਕਰਿਓ, ਕਿਉਂਕਿ ਅੱਜ ਜ਼ਿਆਦਾ ਜਿਵੇਂ ਮੈਂ ਕਹਿ ਕੇ ਗੱਲ ਕਰਾਂਗੀ ਕਿ ਉਸ ਕੱਲ੍ਹ ਦੇ ਕੇਸ ਕਰਕੇ ਧਿਆਨ ਬੜੀ ਜਗ੍ਹਾ 'ਤੇ ਗਿਆ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਇਨ ਜਨਰਲ? ਸੋ ਜਿਹੜੇ ਕੱਲ੍ਹ ਸਾਨੂੰ ਸਵਾਲ ਪੁੱਛ ਰਹੇ ਸੀ ਉਹਨਾਂ ਨੂੰ ਵੀ ਕੋਈ ਯੂ ਨੋ ਆਪਣੇ 'ਤੇ ਲੈਣ ਦੀ ਲੋੜ ਨਹੀਂ ਹੈ ਗੱਲ ਇਸ ਪਿੱਛੇ ਕਿ ਇੱਕ ਪਰਿਵਾਰ ਵਿੱਚ ਕਿਸੇ ਗੱਲ ਦੀ ਸ਼ੁਰੂਆਤ ਹੁੰਦੀ ਹੈ ਅਤੇ ਫਿਰ ਉੱਥੋਂ ਡਿਸਕਸ਼ਨ ਸ਼ੁਰੂ ਹੋ ਜਾਂਦੀ ਹੈ, ਤਾਂ ਕਿ ਉਹ ਇੱਕ ਟੋਪਿਕ ਜਿਹੜਾ ਹੈ ਉਹ ਅਸੀਂ ਆਪਸ ਵਿੱਚ ਇੱਕ ਪੇਜ 'ਤੇ ਹੋ ਸਕੀਏ, ਇੱਕ ਦੂਜੇ ਨੂੰ ਥੋੜ੍ਹਾ ਜਿਹਾ ਹੋਰ ਕੌਨਸ਼ੀਅਸਨੈਸ ਸਾਡੀ ਐਲੀਵੇਟ ਹੋ ਸਕੇ ਕਿ ਹਾਂ ਵੀ ਨਹੀਂ ਇਸ ਤੋਂ ਅੱਗੇ ਵਧਣਾ, ਭਾਵੇਂ ਉਹ ਬਜ਼ੁਰਗ ਨੇ ਸੁਣ ਰਹੇ ਨੇ ਕਿ ਮੈਂ ਐਡਜਸਟ ਕਿਉਂ ਕਰਨਾ ਹੈ, ਥੋੜ੍ਹਾ ਬਹੁਤਾ ਇਗਨੋਰ ਕਿਉਂ ਕਰਨਾ ਜੇ ਮੇਰੇ ਮਤਲਬ ਦੀ ਗੱਲ ਨਹੀਂ ਹੋ ਰਹੀ, ਯੂ ਨੋ ਮੈਂ ਕਹਾਂ ਕਿ ਨਹੀਂ ਇੰਝ ਨਹੀਂ ਇੰਝ ਹੋਣਾ ਚਾਹੀਦਾ, ਸਿਰ 'ਤੇ ਚੁੰਨੀ ਹੋਣੀ ਚਾਹੀਦੀ ਹੈ ਜਾਂ ਰੋਟੀ ਇਸ ਤਰ੍ਹਾਂ ਬਣਾਉਣੀ ਚਾਹੀਦੀ ਹੈ, ਰੋਟੀ ਸਬਜ਼ੀ ਦਾ ਸਵਾਦ ਇਹ ਹੋਣਾ ਚਾਹੀਦਾ, ਅਗਰ ਉਹ ਨਹੀਂ ਹੋ ਰਿਹਾ ਤਾਂ ਤੁਸੀਂ ਇਗਨੋਰ ਕਰ ਰਹੇ ਹੋ, ਕਰਨਾ ਚਾਹੀਦਾ ਤੁਹਾਨੂੰ, ਕਿਉਂ ਕਰਨਾ ਚਾਹੀਦਾ? ਐਂਡ ਦੂਜਾ, ਅਗਰ ਯੰਗਸਟਰ ਸੁਣ ਰਹੇ ਨੇ ਤਾਂ ਠੀਕ ਹੈ, ਇੱਕ ਬਜ਼ੁਰਗ ਕੋਈ ਪੱਕਾ ਹੋ ਗਿਆ ਉਹਦੀ ਇੱਕ ਤਰੀਕਾ ਹੈਗਾ ਰਹਿਣ ਦਾ, ਤਾਂ ਉਹਨੂੰ ਵੀ ਇਗਨੋਰ ਕਰਕੇ ਤੁਸੀਂ ਆਪਣੀ ਜ਼ਿੰਦਗੀ
ਪਰ ਉਹ ਜਿਹੜਾ 2 ਸਾਲ ਦਾ ਬੱਚੇ ਦੇ ਹਿਸਾਬ ਨਾਲ ਸੋਚੀਏ ਜਾਂ ਕੋਈ ਵੀ ਕਿਸੇ ਘਰ 'ਚ ਜਿਹੜੇ ਛੋਟੇ ਬੱਚੇ ਆ ਉਹ ਦੇਖ ਰਹੇ ਹੈ ਕਿ ਕੱਲ੍ਹ ਜ਼ਿਆਦਾ ਇੰਪੋਰਟੈਂਟ ਹੈ ਕਿ ਸੈਪਰੇਟ ਹੋ ਜਾਣਾ ਜ਼ਿਆਦਾ ਇੰਪੋਰਟੈਂਟ ਹੈ, ਇਹ ਸਵਾਲ ਹੈ ਇਸ ਵੇਲੇ। ਸੋ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਧਿਆਨ ਜਾਂਦਾ ਹੈ ਜਿਹਦੇ ਵੱਲ। ਸੋ ਜ਼ਰੂਰ ਕੱਲ੍ਹ ਤੋਂ ਆਈ ਐਮ ਸ਼ੋਰ ਬੜਿਆਂ ਦਾ ਦਿਮਾਗ ਚੱਲ ਰਿਹਾ ਹੋਣਾ, ਦਿਮਾਗ ਦੇ ਵਿੱਚ ਬੜੀਆਂ ਗੱਲਾਂ ਆ ਰਹੀਆਂ ਹੋਣੀਆਂ। ਬਹੁਤ ਜ਼ਰੂਰੀ ਹੈ ਕਿ ਉਹਨੂੰ ਕਲੋਜ਼ਰ ਮਿਲੇ, ਯੂ ਨੋ, ਕਿਉਂਕਿ ਪਰਿਵਾਰ ਦੇ ਵਿੱਚ ਸਡਨਲੀ ਸਾਡਾ ਘੰਟਾ ਖਤਮ ਹੋ ਜਾਂਦਾ, ਅਸੀਂ ਗੱਲ ਫਿਨਿਸ਼ ਕਰ ਦਿੰਦੇ ਹਾਂ ਅਤੇ ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਬਿਲਕੁਲ ਬਿਨਾਂ ਕਹੇ ਰਹਿ ਜਾਂਦੀਆਂ ਨੇ, ਉਹ ਮਨ ਵਿੱਚ ਚੱਲਦੀਆਂ ਰਹਿੰਦੀਆਂ ਨੇ, ਉਹ ਨਹੀਂ ਚਾਹੀਦਾ। ਇਸੇ ਪਿੱਛੇ ਅੱਜ ਦਾ ਦਿਨ ਰੱਖਿਆ। ਸੋ ਜ਼ਰੂਰ ਜੋ ਤੁਹਾਡੇ ਮਨ ਵਿੱਚ ਆਉਂਦਾ ਹੈ, ਜੋ ਤੁਹਾਡਾ ਵਿਚਾਰ ਹੈ ਇਹਨਾਂ ਚੀਜ਼ਾਂ ਬਾਰੇ, ਇਹਦੇ ਇਰਦ ਗਿਰਦ ਤੁਹਾਡੇ ਕੀ ਧਿਆਨ ਵਿੱਚ ਆਇਆ ਔਰ ਕਿਸ ਤਰ੍ਹਾਂ ਸਾਡੀ ਕਮਿਊਨਿਟੀ ਨੂੰ ਇੱਕ ਪ੍ਰੋਗਰੈਸਿਵ ਕਮਿਊਨਿਟੀ ਅਸੀਂ ਮੰਨਦੇ ਹਾਂ ਆਪਣੇ ਆਪ ਨੂੰ, ਸੋ ਉਹ ਕਰਨਾ ਵੀ ਪਏਗਾ ਥੋੜ੍ਹਾ ਜਿਹਾ, ਯੂ ਨੋ, ਵੀ ਹੈਵ ਟੂ ਚੇਂਜ। ਬੜੀਆਂ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਬਦਲਾਵ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਵੇਲੇ ਬਦਲਾਵ ਜ਼ਰੂਰੀ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਇੱਕ ਨੂੰ ਪਕੜ ਕੇ ਬੈਠ ਜਾਂਦੇ ਹਾਂ ਤਾਂ ਅਸੀਂ ਖੱਜਲ ਹੁੰਦੇ ਹਾਂ, ਖੁਆਰੀ ਹੁੰਦੀ ਉਹਦੇ 'ਚ। ਸੋ ਜ਼ਰੂਰ ਜ਼ਰੂਰ ਕਾਲ ਕਰੋ, ਯੂ ਨੋ, ਆਪਣੀ ਕੋਈ, ਇਟਸ ਐਨ ਓਪਨ ਡਿਸਕਸ਼ਨ, ਕੋਈ ਕਮੈਂਟਸ, ਕੋਈ ਸੁਜੈਸ਼ਨਸ, ਕੁਛ ਵੀ ਤੁਸੀਂ ਕਹਿ ਸਕਦੇ ਹੋ ਅੱਜ। ਸੋ ਬੜਾ ਹੀ ਓਪਨ ਮੰਚ ਹੈਗਾ ਅੱਜ, ਸੋ ਯੂ ਨੋ ਇੰਤਜ਼ਾਰ ਰਹੇਗੀ ਤੁਹਾਡੇ ਸਾਰਿਆਂ ਦੀ ਕਿ ਤੁਸੀਂ ਕਾਲ ਕਰੋ। ਮੈਂ ਆਪਣੀ ਪਹਿਲੀ ਕਾਲ ਲੈ ਲੈਂਦੀ ਹਾਂ, ਲੈਟ ਮੀ ਸੀ ਕੀ ਕਹਿ ਰਹੇ ਨੇ। ਹੈਲੋ ਹੈਲੋ ਅਰੁਣ ਜੀ, ਮੇਰੀ ਗੱਲ ਸੁਣ, ਛੋਟੀ ਉਮਰ ਦੀ ਨਹੀਂ, 40 ਸਾਲ ਦੀ ਆ ਤੇ ਮੁੰਡਾ 8 ਸਾਲ ਵੱਡਾ ਹੈ ਸਾਰਾ ਹੀ। ਹਾਂਜੀ ਹਾਂਜੀ, ਤੁਸੀਂ ਕੌਣ ਬੋਲ ਰਹੇ ਹੋ? ਛੋਟੀ ਉਮਰ ਦੀ ਨਹੀਂ, ਮੈਂ ਉਹ ਹੀ ਲੱਗਿਆ ਹੁਣ ਦੇ ਕਾਲ ਦਾ ਲੈ ਕੇ ਸਾਰੀ। ਅੱਛਾ ਜੀ, ਅੱਛਾ ਜੀ, ਠੀਕ ਹੈ। ਸੋ ਬਹੁਤ ਵਧੀਆ ਜੀ, ਮੈਂ ਕਿਹਾ ਤੁਸੀਂ ਕਹਿੰਦੇ ਛੋਟੀ ਉਮਰ ਦੀ, ਮੈਂ ਕਿਹਾ ਪਤਾ ਲੱਗਾ ਵੀ 40 ਸਾਲ ਦੀ ਆ ਉਹ। ਹਾਂਜੀ ਹਾਂਜੀ, ਠੀਕ ਹੈ। ਮੈਂ ਉਮਰ ਪਹਿਲੇ ਹਰ ਤੁਹਾਡੀ ਕਾਲ ਦੇ ਵਿੱਚ ਉਮਰ, ਮੈਂ ਯੂ ਨੋ ਤਾਂ ਹੀ ਮੈਂ ਕਹਿ ਰਹੀ ਸੀ ਕਿ ਤੁਹਾਡੇ 'ਤੇ ਫੋਕਸ ਅਸੀਂ ਨਹੀਂ ਕਰਨਾ ਚਾਹੁੰਦੇ ਅੱਜ ਦੀ ਡਿਸਕਸ਼ਨ, ਪਰ ਮੈਨੂੰ ਕਹਿਣਾ ਜ਼ਰੂਰ ਪਏਗਾ ਕਿ 3 ਡਿਫਰੈਂਟ ਕਾਲਸ ਦੇ ਵਿੱਚ ਮੇਰੀ ਤੁਸੀਂ ਉਸ ਦੀ ਉਮਰ ਵਧਾਈ ਜਾ ਰਹੇ ਹੋ। ਯੂ ਨੋ ਕਿਸੇ ਵੇਲੇ ਤੁਸੀਂ ਕੁਛ ਕਿਹਾ, ਫਿਰ 35-36 ਕਿਹਾ, ਅੱਜ 40 ਹੋ ਗਿਆ। ਸੋ ਕਿਸ ਕਿਸ ਨੂੰ ਮੈਂ ਐਗਜ਼ੈਕਟ ਕਰਾਂ, ਪਰ ਉਹ ਫੋਕਸ ਨਹੀਂ ਹੈ ਸਾਡਾ। ਸੋ ਪਲੀਜ਼ ਆਪਣੇ ਆਪ 'ਤੇ ਫੋਕਸ ਨਾ ਲੈ ਕੇ ਜਾਓ। ਕਾਰਨ ਇਹ ਹੈ ਕਿ ਇਹ ਚੀਜ਼ ਦੇਖੀ ਜਾ ਰਹੀ ਹੈ ਕਮਿਊਨਿਟੀ ਵਿੱਚ ਓਵਰਆਲ ਵੀ, ਤੁਹਾਡੇ ਘਰ ਹੀ ਨਹੀਂ, ਹੋਰ ਵੀ ਦੇਖੀ ਜਾ ਰਹੀ ਹੈ ਕਿ ਉਹ ਜਿਹੜਾ ਡਿਫਰੈਂਸ ਹੈ, ਸਾਡੀ ਸਾਰਿਆਂ ਨੂੰ ਇੱਕ ਤਰ੍ਹਾਂ ਨਾਲ ਬੇਨਤੀ ਹੈ ਕਿ ਡੈਫੀਨੇਟਲੀ ਸੋਚ ਸਮਝ ਕੇ ਰਿਸ਼ਤੇ ਮੈਚ ਕਰੋ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਸਾਰੇ ਕਾਲ ਜ਼ਰੂਰ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ, ਉਮੀਦ ਹੈ ਸਾਰੇ ਕਾਲ ਕਰਕੇ ਆਪਣਾ ਜੋ ਮਨ ਵਿੱਚ ਆ ਰਿਹਾ ਹੈ ਜ਼ਰੂਰ ਸ਼ੇਅਰ ਕਰੋ। ਆਫਕੋਰਸ ਬਹੁਤ ਕੇਅਰਫੁੱਲ ਰਹੀਏ ਕਿ ਕਿਸੇ ਨੂੰ ਚੋਟ ਨਾ ਪਹੁੰਚਾਈਏ, ਪਰ ਓਵਰਆਲ ਡਿਸਕਸ਼ਨ ਹੈਗੀ ਹੈ ਤਾਂ ਕਿ ਇੱਕ ਤਰ੍ਹਾਂ ਨਾਲ ਆਪਣਾ ਹੀ ਚਿਹਰਾ ਦੇਖ ਰਹੇ ਹਾਂ, ਯੂ ਨੋ, ਇਟਸ ਲੁਕਿੰਗ ਐਟ ਦ ਮਿਰਰ। ਸੋ ਕਿਸੇ ਨੂੰ ਵੀ ਪਰਸਨਲ ਹੋਣ ਦੀ ਲੋੜ ਨਹੀਂ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ, ਦੱਸੋ ਕੀ ਕਹਿੰਦੇ ਹੋ, ਕੀ ਖਿਆਲ ਆਉਂਦਾ ਤੁਹਾਨੂੰ? ਮੇਰੇ ਮਨ 'ਚ ਮੈਂ ਸੋਚਿਆ, ਮੈਂ ਕਿਹਾ ਵੀ ਜਿੱਦਾਂ ਵਿਆਹ ਤੋਂ ਪਹਿਲਾਂ ਨਾ ਜਿਹੜਾ ਕਪਲ ਜਿਹੜਾ ਮੈਰਿਜ ਹੋ ਰਹੀ ਆ, ਆਈ ਥਿੰਕ ਜੇ ਅਸੀਂ ਓਪਨਲੀ ਡਿਸਕਸ ਕਰਾਂਗੇ ਨਾ, ਖਾਸ ਕਰਕੇ ਜਿਹੜਾ ਬੰਦਾ ਇੱਥੇ ਦਾ ਰਹਿਣ ਵਾਲਾ, ਰਾਈਟ, ਹੁਣ ਇੰਡੀਆ ਤੋਂ ਕੋਈ ਆਉਂਦਾ ਉਹਨਾਂ ਨੂੰ ਪਤਾ ਨਹੀਂ ਇਸ ਕੰਟਰੀ ਦਾ ਕਲਚਰ ਜਾਂ ਲਾਈਫ। ਜਸਪ੍ਰੀਤ, ਤੁਸੀਂ ਬੜੀ ਸਹੀ ਗੱਲ ਮੈਨੂੰ ਯਾਦ ਕਰਾ ਰਹੇ ਹੋ ਕਿ ਜਦੋਂ ਜ਼ਿਆਦਾਤਰ ਕਿ 2 ਦਿਨਾਂ 'ਚ ਵਿਆਹ ਹੋਇਆ, ਇੱਥੋਂ ਗਏ ਹਾਂ, ਲੱਭਿਆ ਸੀ, 2 ਦਿਨਾਂ 'ਚ ਵਿਆਹ ਹੋਇਆ, ਵਿਆਹ ਕੇ, ਸੋ ਆਪਸ ਵਿੱਚ ਕੋਈ ਤਾਲਮੇਲ ਹੀ ਨਹੀਂ ਹੈ। ਜਿਹੜਾ ਬੰਦਾ ਇੱਥੇ 20 ਸਾਲ ਰਹਿ ਰਿਹਾ, 25 ਸਾਲ ਤੋਂ ਰਹਿ ਰਿਹਾ, ਕੁਛ ਤਾਂ ਕਲਚਰ ਦਾ ਇਫੈਕਟ ਹੈ ਔਰ ਉੱਥੇ ਦਾ ਕੁਛ, ਆਪਸ ਵਿੱਚ ਜਾਣ ਤੇ ਲਓ ਇੱਕ ਦੂਜੇ ਨੂੰ। ਯੈਸ, ਉਹ ਬਹੁਤ ਜ਼ਿਆਦਾ ਫਰਕ ਇੰਨਾ ਜ਼ਿਆਦਾ ਹੈਗਾ ਨਾ ਆ 2 ਮੁਲਕਾਂ ਦਾ, ਤੇ ਤੁਸੀਂ ਉੱਥੇ ਬੈਠੇ ਇਮੇਜਿਨ ਹੀ ਨਹੀਂ ਕਰ ਸਕਦੇ, ਇੱਥੇ ਰਹਿ ਕੇ ਪਤਾ ਲੱਗਦਾ। ਤੇ ਜਿੱਦਾਂ ਕਪਲ ਦੀ ਪ੍ਰਾਇਓਰਟੀ ਹੁੰਦੀ ਆ, ਹਰੇਕ ਫੈਮਿਲੀ ਦੀ ਪ੍ਰਾਇਓਰਟੀ ਹੋਣੀ ਚਾਹੀਦੀ ਆ। ਮੈਂ ਕਿਹਾ ਬਹੁਤ ਲੱਕੀ ਆ ਜਿਹੜੇ ਬੱਚੇ ਇਸ ਮੁਲਕ ਦੇ ਵਿੱਚ ਐਕਸਟੈਂਡਡ ਫੈਮਿਲੀਜ਼ ਦੇ ਵਿੱਚ ਪਲ ਰਹੇ ਹੈਗੇ ਆ, ਜੀ ਨਾ, ਤੁਹਾਡਾ ਦਾਦਾ ਦਾਦੀ ਤੁਹਾਡੇ ਨਾਲ ਰਹਿੰਦੇ, ਕਿੰਨਾ ਕੁਛ ਸਿੱਖਣ ਤੋਂ ਮਿਲਦਾ। ਤੁਸੀਂ ਉਹ ਠੀਕ ਕਹਿੰਦੇ ਹੋ ਬਈ ਕਈ ਚੀਜ਼ਾਂ ਇਗਨੋਰ ਕਰਨੀਆਂ ਪੈਂਦੀਆਂ, ਠੀਕ ਆ। ਇੱਕ ਕਮਿਊਨੀਕੇਸ਼ਨ ਨਾ ਅਸੀਂ ਡਾਇਰੈਕਟਲੀ ਉਹ ਬੰਦੇ ਨੂੰ ਕਹਿੰਦੇ ਨੀ, ਜਿਹੜਾ ਬਹੁਤ ਜ਼ਿਆਦਾ ਸਾਨੂੰ ਜੇ ਕੁਛ ਬਾਦਰ ਕਰੇ, ਅਸੀਂ ਬਾਕੀ ਸਾਰਿਆਂ ਨੂੰ ਕਵਾਂਗੇ, ਪਰ ਉਹ ਬੰਦੇ ਨਾ ਬੈਠ ਕੇ ਗੱਲ ਨੀ ਕਰਾਂਗੇ। ਹਾਂ, ਯੂ ਨੋ, ਦੈਟ ਇਜ਼ ਸੱਚ ਅ ਆਇਰਨੀ। ਯਾ,
ਉਹ ਬੈਠ ਕੇ ਡਿਸਕਸ ਕਰ ਲੈਣਾ ਚਾਹੀਦਾ ਐਸ ਫੈਮਿਲੀ ਐਸ ਪਰਿਵਾਰ ਤੁਸੀਂ ਗੱਲ ਕਰੋ ਜੇ ਤੁਹਾਨੂੰ ਕੋਈ ਚੀਜ਼ ਬਹੁਤ ਹੀ ਜ਼ਿਆਦਾ ਬਾਦਰ ਕਰ ਰਹੀ ਹੈ ਤੁਸੀਂ ਸਾਰੇ ਬੈਠ ਕੇ ਉਹਦਾ ਹੱਲ ਲੱਭੋ ਤੇ ਬਦਲ ਲਓ ਤੇ ਕੁਛ ਚੀਜ਼ਾਂ ਜਿੱਦਾਂ ਯੂ ਜਸਟ ਹੈਵ ਟੂ ਲੈਟ ਦੈਮ ਗੋ ਅਨਇੰਪੋਰਟੈਂਟ ਹੈਗੀਆਂ ਹੁਣ ਖਾਣਾ ਯੂ ਨੋ ਕੋਈ ਚੀਜ਼ ਬੰਦੇ ਦਾ ਅਪਬ੍ਰਿੰਗਿੰਗ ਯੂ ਹੈਵ ਟੂ ਜਸਟ ਐਡਜਸਟ ਤੇ ਕਈ ਚੀਜ਼ਾਂ ਯੂ ਹੈਵ ਟੂ ਲੈਟ ਗੋ ਠੀਕ ਹੈ ਰੋ ਜਸਪ੍ਰੀਤ ਸਾਡੀ ਗੱਲ ਨਹੀਂ ਸਮਝਦੇ ਅਸੀਂ ਉਹਨਾਂ ਦੀ ਨਹੀਂ ਸਮਝਦੇ ਹਾਂ ਇਹ ਕੋਈ ਨਵੀਂ ਗੱਲ ਨਹੀਂ ਹਰ ਜਨਰੇਸ਼ਨ 'ਚ ਰਹੀ ਹੈ ਪਰ ਜਨਰੇਸ਼ਨ ਜਦੋਂ ਵੱਡੀ ਹੋ ਜਾਏ ਜਿਵੇਂ ਕਹਿੰਦੇ ਸੀ 25 ਸਾਲ ਦੀ ਜਨਰੇਸ਼ਨ ਹੈ 25 ਤੋਂ 50 ਹੋ ਜਾਏ ਜਾਂ ਕਿਸੇ ਵੀ ਰੀਜ਼ਨ ਕਰਕੇ ਉਹ ਵੀ ਐਂਡ ਸੈਕਿੰਡ ਜਿਹੜਾ ਇਹ ਸਡਨਲੀ ਟੈਕ ਜ਼ਮਾਨਾ ਆਇਆ ਨਾ ਥੋੜ੍ਹਾ ਜਿਹਾ ਜਿਹੜਾ ਗੈਪ ਹੈ ਉਹ ਵੈਸੇ ਹੀ ਵੱਧ ਗਿਆ ਕਿਉਂਕਿ ਕੱਲ੍ਹ ਪਹਿਲੇ ਜਿਹੜਾ ਪਿਛਲਾ ਕੱਲ੍ਹ ਸੀ ਉਹਦੇ 'ਚ ਸਾਨੂੰ ਕੋਈ ਚੀਜ਼ ਚਾਹੀਦੀ ਹੈ ਕੋਈ ਸਮਝਦਾਰੀ ਵਾਲੀ ਚੀਜ਼ ਚਾਹੀਦੀ ਅਸੀਂ ਕਹਿੰਦੇ ਹਾਂ ਜੀ ਐਕਸਪੀਰੀਅੰਸ ਕੋਲ ਜਾਈਏ ਬਜ਼ੁਰਗਾਂ ਕੋਲ ਜਾਈਏ ਉਹਨਾਂ ਨੂੰ ਪੁੱਛੀਏ ਹੁਣ ਸਿੱਧਾ ਅਸੀਂ ਗੂਗਲ ਕੋਲ ਜਾਂਦੇ ਹਾਂ ਸੋ ਦੇਅਰ ਇਜ਼ ਅ ਡਿਫਰੈਂਟ ਵਰਲਡ ਇਟਸ ਅ ਡਿਫਰੈਂਟ ਵਰਲਡ ਔਰ ਕੋਈ ਬਜ਼ੁਰਗ ਜਿਹੜੇ ਹੈ ਉਹਨਾਂ ਨੂੰ ਉਨਾ ਨਹੀਂ ਪਤਾ ਹੋ ਸਕਦਾ ਜਿੰਨਾ ਗੂਗਲ ਨੂੰ ਪਤਾ ਹੋ ਸਕਦਾ ਸੋ ਉਹ ਜਿਹੜੀ ਇੱਕ ਡਿਪੈਂਡੈਂਸੀ ਸਾਡੀ ਆਪਣੇ ਬਜ਼ੁਰਗਾਂ 'ਤੇ ਸੀ ਨਾ ਸ਼ਾਇਦ ਉਹ ਵੀ ਘੱਟ ਗਈ ਹੈ ਵਿੱਚ ਇਜ਼ ਅ ਫੈਕਟ ਕੋਈ ਗਲਤ ਜਾਂ ਠੀਕ ਦੇ ਵਿੱਚ ਨਹੀਂ ਮੈਂ ਉਹਨੂੰ ਕਹਿ ਰਹੀ ਇਟਸ ਅ ਫੈਕਟ ਜਿਸਨੇ ਇਹ ਨੌਬਤ ਲਿਆਂਦੀ ਹੈ ਬਟ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ ਹੈਲੋ ਹਾਂਜੀ ਬੇਟਾ ਸਤਿ ਸ਼੍ਰੀ ਅਕਾਲ ਹਾਂਜੀ ਆਂਟੀ ਕੀ ਕਹਿੰਦੇ ਹੋ ਦੱਸੋ ਹੈਲੋ ਤੁਹਾਡੀ ਆਵਾਜ਼ ਸਭ ਨੂੰ ਆ ਰਹੀ ਹੈ ਪਲੀਜ਼ ਟੀਵੀ ਦਾ ਵੋਲਿਊਮ ਹਟਾ ਦਿਓ ਬੰਦ ਕਰਤੀ ਬੇਟਾ ਬੰਦ ਕਰਤੀ ਹਾਂਜੀ ਦੱਸੋ ਟੀਵੀ ਦੀ ਆਵਾਜ਼ ਪਰ ਮੈਂ ਤੁਹਾਨੂੰ ਕੱਲ ਵਾਲੀ ਗੱਲ ਤੋਂ ਦੁਹਰਾਉਂਦੀ ਆ ਹੈਲੋ ਸੁਣ ਰਹੇ ਹੋ ਆਂਟੀ ਤੁਹਾਡੀ ਗੱਲ ਸਾਰੇ ਸੁਣ ਰਹੇ ਓਕੇ ਜੀ ਇੱਕ ਲੇਡੀ ਬੋਲੀ ਸੀ ਨਾ ਪਿੱਛੋਂ ਜਿਹਾ ਤੇ ਤੁਸੀਂ ਉਹ ਕੁੜੀਆਂ ਮਾਰਦੀਆਂ ਉਹ ਮਾਰਦੇ ਬਿਲਕੁਲ ਝੂਠ ਉਹ ਤੈਨੂੰ ਮੈਨੂੰ ਗੁਆਂਢੀਆਂ ਵਾਂਢੀਆਂ ਨੂੰ ਕਹਿ ਕੇ ਸੱਚੀ ਹੋ ਜਾਂਦੀ ਹੋਣੀ ਇੱਥੇ ਨਨਾਣਾ ਕੋਲੋਂ ਮਾਰ ਨਹੀਂ ਖਾਂਦੀ ਜਿਹੜੀ ਸੱਸ ਰੋੜ ਪੁੱਟਣੀ ਇੱਕ ਮਿੰਟ ਮੈਂ ਭੈਣ ਜੀ ਨੂੰ ਕਿੰਨੀ ਵਾਰ ਸਮਝਾਇਆ ਹੈ ਇਹਦੀ ਟਿਕਾਣੇ ਤੇ ਅਕਲ ਤਾਂ ਹੀ ਆਉਣੀ ਜਦੋਂ ਇਹਨੂੰ ਬੱਚਾ ਵੀ ਸਾਂਭਣਾ ਪਿਆ ਘਰ ਦਾ ਕੰਮ ਵੀ ਕਰਨਾ ਪਿਆ ਤੇ ਫਿਰ ਇਹਨੂੰ ਪਤਾ ਲੱਗੇਗਾ ਵਡੇਰੇ ਕੀ ਚੀਜ਼ ਹੁੰਦੀਆਂ ਨੇ ਤੇ ਹੁਣ ਮੈਂ ਘਰ ਬਹਿ ਗਈ ਹਾਂ ਬੱਚਾ ਸਾਂਭਾਂ ਘਰ ਸਾਂਭਾਂ ਤੇ ਜੋਬ ਵੀ ਗਈ ਮੈਂ ਭੈਣ ਜੀ ਨੂੰ ਕਿੰਨੀ ਵਾਰ ਕਿਹਾ ਭੈਣ ਜੀ ਤੁਸੀਂ ਆਪਸੇ ਤੁਸੀਂ ਅਲੱਗ ਹੋ ਜਾਓ ਤੁਹਾਨੂੰ ਸਭ ਕੁਛ ਮਿਲੇਗਾ ਤੁਹਾਨੂੰ ਰਹਿਣ ਦੀ ਜਗ੍ਹਾ ਵੀ ਮਿਲੇਗੀ ਮੈਡੀਕੇਅਰ ਸਭ ਕੁਛ ਫ੍ਰੀ ਮਿਲੇਗਾ ਤੁਹਾਨੂੰ ਪੈਨਸ਼ਨ ਵੀ ਮਿਲੇਗੀ ਤੁਹਾਨੂੰ ਹਰ ਚੀਜ਼ ਮਿਲੇਗੀ ਮੇਰੇ ਕੋਲ ਸਾਰਾ ਕੁਛ ਹੈ ਰਵਿੰਦ ਤੈਨੂੰ ਪਤਾ ਮੈਂ ਦੱਸਿਆ ਹੈ ਫਿਰ ਵੀ ਸਾਨੂੰ ਪੈਨਸ਼ਨ ਵੀ ਆ ਰਹੀ ਕਿ ਉਹ ਉਮਰ ਦੇ ਆਧਾਰ ਸਭ ਕੁਝ ਗੌਰਮੈਂਟ ਦੇ ਰਹੀ ਘਰਾਂ ਚ ਬੈਠੇ ਆ ਇਹਨਾਂ ਨੂੰ ਤਾਂ ਸਾਰਾ ਕੁਛ ਹੀ ਮਿਲੇਗਾ ਹੁਣੇ ਹੁਣੇ ਨਾ ਮੈਂ ਇਹਨਾਂ ਨੂੰ ਇੱਕੋ ਹੀ ਕਹਿੰਦੀ ਹਾਂ ਲੜਾਈ ਤੋਂ ਬਚੋ ਇਸ ਕੰਟਰੀ ਤੋਂ ਬਚੋ ਹੈਪਨਾ ਤੋਂ ਬਚੋ ਤੁਹਾਨੂੰ ਕੱਲ ਨੂੰ ਕੁਝ ਨਾ ਕੋਈ ਬੁੱਢੇ ਠੇਰਿਆਂ ਨੂੰ ਪੁਲਿਸ ਨੂੰ ਫੜਾ ਦੇਵੇ ਝੂਠ ਬੋਲ ਕੇ ਫਿਰ ਤੁਸੀਂ ਕੀ ਕਰੋਗੇ ਮੈਂ ਕਈ ਵਾਰੀ ਪਿਛਲੇ ਸਾਲ ਤੋਂ ਇਹਨੂੰ ਕਿਹਾ ਭੈਣ ਜੀ ਨੂੰ ਇਹਨੇ ਕਿਹਾ ਸੀ ਸੁਦਰਸ਼ਨ ਭੈਣ ਜੀ ਗਿੱਲ ਭੈਣ ਜੀ ਮੈਨੂੰ ਦੱਸੋ ਤਾਂ ਮੈਂ ਇਹਨੂੰ ਕਿਹਾ ਸੀ ਮਗਰ ਤੁਸੀਂ ਅਲੱਗ ਹੀ ਹੋ ਜਾਓ ਜਿਹੜਾ ਇੰਨਾ ਕਲੇਸ਼ ਹੈ ਨਾ ਨਾ ਜਾਣੀ ਕਿਸੇ ਦੇ ਬੱਚੇ ਤੇ ਵੀ ਪੈਸਾ ਦਾ ਮੁੰਡਾ ਤੁਹਾਡਾ ਅੰਦਰ ਬਾਹਰ ਰਹਿੰਦਾ ਹੈ ਹੁਣੇ ਹੁਣੇ 15 ਮਿੰਟ ਹੋਏ ਨੇ ਤੁਸੀਂ ਆਏ ਹੋ ਨਾ ਉਸ ਵੇਲੇ ਕੈਨੇਡਾ ਤੋਂ ਕਿਸੇ ਬਜ਼ੁਰਗ ਦੀ ਕਾਲ ਮੈਨੂੰ ਆਈ ਸੀ ਉਹ ਕਹਿੰਦੀ 3 ਪੁੱਤਰ ਨੇ 2 ਤਾਂ ਬੋਲਦੀਆਂ ਹੀ ਨਹੀਂ ਤੇ ਉਹਨਾਂ ਦੇ ਮੈਂ ਘਰ 2 ਹਫ਼ਤੇ ਰਹਿੰਦੇ ਹਾਂ ਅਸੀਂ ਇਹ ਵੰਡਿਆ ਹੋਇਆ ਹੈ 1 ਹਫ਼ਤਾ ਛੋਟੇ ਘਰ ਰਹਿੰਦੇ ਹਾਂ ਸਾਨੂੰ ਵੰਡ ਕੇ ਹਫ਼ਤੇ ਦਿੱਤੇ ਹੋਏ ਨੇ ਇੰਨੀ ਰੋਵੇ ਮੈਂ ਉਹਨਾਂ ਨੂੰ ਭੈਣ ਜੀ ਤੁਸੀਂ ਘੁਮਾਲ ਕਰ ਦਿਓ ਤੁਸੀਂ ਮੈਂ ਹਸਬੈਂਡ ਵਾਈਫ ਆਪਣਾ ਅਲੱਗ ਰਹੋ ਕਸਮਾਂ ਨੂੰ ਖਾਣ ਨਹੀਂ ਬੋਲਦੀਆਂ ਨਾ ਬੋਲਣ ਤੇ ਪੁੱਤਰ ਵਿਚਾਰੇ ਟਰੱਕਾਂ 'ਤੇ ਰਹਿੰਦੇ 10 ਦਿਨ ਆਉਂਦੇ ਕੋਈ ਨਹੀਂ ਤੇ ਨੂੰਹਾਂ ਨੇ ਸਾਨੂੰ ਬਿਸ਼ੱਕ ਮਾਰ ਦੇਣ ਕੁੱਟ ਦੇਣ ਦੇਣ ਰੋਟੀ ਨਾ ਦੇਣ ਅਸੀਂ ਇੰਨੇ ਕਿੰਨੀ ਰੋਈ ਮੈਂ ਤੁਹਾਨੂੰ ਅੱਜ ਵਾਲੀ ਗੱਲ ਸੁਣਾਈ ਸੀ ਮੈਂ ਕਿਹਾ ਸਾਡਾ ਇੱਕ ਕੋਰਟ ਬੜਾ ਵੱਡਾ ਹੈਗਾ ਜਸ ਪੰਜਾਬੀ ਤੁਸੀਂ ਮੰਗਲ ਬੁੱਧਵਾਰ ਉੱਥੇ ਵੀ ਫਸਿਆਦ ਕਰਕੇ ਵੇਖੋ ਤੇ ਮਸਲਾ ਹੱਲ ਇੱਕੋ ਹੀ ਜੇ ਤੁਸੀਂ ਹਸਬੈਂਡ ਹੱਲ ਠੀਕ ਹੋ ਤੁਸੀਂ ਕਿਸੇ ਦੀ ਬੇਸਮੈਂਟ 'ਚ ਰਹਿਣਾ ਸ਼ੁਰੂ ਕਰ ਲਓ ਤੁਹਾਡੀ ਪੈਨਸ਼ਨ ਲੱਗੀ ਹੈ ਤੁਸੀਂ ਇੰਨਾ ਰੋ ਰੋ ਕੇ ਆਉਂਦੀ ਮੈਂ ਇੰਨੀ ਬਿਮਾਰ ਹੋਣ ਲੱਗ ਗਈ ਹਾਂ ਦਿਮਾਗ ਦੇ ਸਿਰ ਬੰਨ੍ਹ ਕੇ ਮੈਂ ਤੁਰਨੀ ਹਾਂ ਮੇਰੇ ਸਿਰ 'ਤੇ ਦਿਮਾਗ 'ਤੇ ਬੋਝ 3 ਪੁੱਤਰਾਂ ਦੀ ਮਾਂ ਵੇਖ ਲਓ ਇਹ ਤਾਂ ਵਿਚਾਰੀ 1 ਦੀ ਮਾਂ ਹੈ ਇਹ ਕਿੱਧਰ ਜਾਵੇ ਇਹਨਾਂ ਨੇ ਇੱਕੋ ਹੀ ਮੇਰਾ ਸੁਣ ਨਾ ਗੱਲ ਨੂੰ ਵਧਾਵੇ ਚੁੱਪ ਕਰਕੇ ਉਹ ਕਹੇ ਵੀ ਅਸੀਂ ਕਿਸੇ ਬੇਸਮੈਂਟ 'ਚ ਰਹਿ ਜਾਂਦੇ ਹਾਂ ਜਾਂ ਗੌਰਮੈਂਟ ਇਹਨਾਂ ਨੂੰ ਸਭ ਕੁਝ ਦੇਗੀ ਕਿਉਂ ਲੜਾਈ ਦੇ ਵਿੱਚ ਵੜੇ ਬੈਠੇ ਨੇ 1 ਸਾਲ ਦੀ ਗੱਲ ਹੋ ਗਈ ਅਰਵਿੰਦ ਕੌਰ ਬੀਬਾ ਬੇਟਾ ਇਹ ਅੱਜ ਦੀ ਗੱਲ ਨਹੀਂ ਹੈਗੀ ਹਾਰ ਕੇ ਅਸੀਂ ਇਹਨੂੰ ਆਖਿਆ ਵੀ ਉੱਥੇ ਕੋਰਟ 'ਚ ਰੋਲਾ ਪਾ ਸਾਡਾ ਕੋਰਟ ਦਾ ਜੱਜ ਪੰਜਾਬੀ ਇਹ ਕੋਈ ਨਾ ਕੋਈ ਮਸਲਾ ਹੱਲ ਹੋ ਜਾਏਗਾ ਠੀਕ ਹੈ ਆਂਟੀ ਇਹੀ ਗੱਲ ਤੁਸੀਂ ਜਿਹੜੀ ਕਹਿ ਰਹੇ ਹੋ ਨਾ ਕਿ
ਸਮਝ ਸਕਦੇ ਹਾਂ, ਇੱਕ ਪਾਸਾ ਸਮਝਦੇ ਹਾਂ ਕਿ ਉਹ ਡਰ ਹੈ, ਉਹ ਕਹਿੰਦੇ ਅੰਕਲ ਜੀ ਮੈਨੂੰ ਡਰਾਈਵਿੰਗ ਨਹੀਂ ਆਉਂਦੀ, ਮੈਂ ਇਕੱਲਾ ਕਿਵੇਂ ਕਰਾਂਗਾ, ਮੈਂ ਬੜਾ ਕੰਮ ਕੀਤਾ ਇੰਡੀਆ, ਪਰ ਇੱਥੇ ਜਿਹੜਾ ਇਕੱਲੇ ਰਹਿਣ ਨੂੰ ਥੋੜ੍ਹਾ ਡਰ ਹੈ, ਡਰ ਹੈ ਨਾ, ਇਹਨਾਂ ਨੂੰ ਹੁਣ ਡਰ ਹੈ, ਜਦੋਂ ਇਹ ਰਹਿਣ ਲੱਗੇ ਇਹਨਾਂ ਸਾਰੀਆਂ ਸਹੂਲਤਾਂ ਮਿਲ ਗਈਆਂ, ਇਹਨਾਂ ਡਰ ਦੂਰ ਹੋ ਜਾਏਗਾ, ਲੜਾਈ ਵੀ ਦੂਰ ਹੋ ਜਾਏਗੀ, ਹੁਣ ਦਾ ਜੀ ਕਰੇਗਾ ਤਾਂ ਬੱਚਾ ਛੱਡ ਜਾ ਕਰੇਗੀ, ਮੇਰੇ ਬੱਚੇ ਨੂੰ ਸਾਂਭੋ, ਤੇ ਨਹੀਂ ਤਾਂ ਜਾਏਗੀ ਤਾਂ ਆਪਣੀ ਜ਼ਿੰਦਗੀ ਤਾਂ ਸੁਖੀ ਰਹਿਣਗੇ ਕਿ ਨਹੀਂ ਰਹਿਣਗੇ। ਬਿਲਕੁਲ ਬਿਲਕੁਲ, ਬਹੁਤ ਵਧੀਆ, ਥੈਂਕ ਯੂ ਸੋ ਮਚ ਆਂਟੀ ਜੀ, ਬੜੀ ਸਹੀ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਇੱਕ ਥੋੜ੍ਹਾ ਕੌਨਫੀਡੈਂਸ ਚਾਹੀਦਾ, ਇੰਨਾ ਕੁਛ ਤੁਸੀਂ ਕਰ ਰਹੇ ਹੋ ਔਰ ਫਿਰ ਖਿੱਚ ਖਿੱਚ ਕੇ ਕਰ ਰਹੇ ਹੋ, ਕੀ ਉਹ ਰੋਟੀ ਕਿਸੇ ਨੂੰ ਪਚਣੀ ਹੈ, ਕੀ ਤੁਹਾਨੂੰ ਲੱਗਣੀ ਹੈ, ਉਹ ਮਤਲਬ ਸਬਜ਼ੀ ਬਣੀ ਤਾਂ ਸਬਜ਼ੀ ਦੇ ਬਾਰੇ ਕਹਾਣੀ ਨਹੀਂ ਮੁੱਕੀ ਕਿ ਮਤਲਬ ਮੈਂ ਬਣਾਈ ਕਿ ਕਿਹਨੇ ਕੱਟੀ ਅਤੇ ਦੂਜੀ ਨਹੀਂ, ਜੇ ਦੂਜੇ ਨੇ ਬਣਾਈ ਤਾਂ ਉਹ ਅੱਛੀ ਨਹੀਂ ਬਣਾਈ, ਵਟ ਐਵਰ, ਦਿਸ ਨੋ ਪੁਆਇੰਟ ਇਨ ਦੈਟ, ਲਾਈਫ ਇਜ਼ ਸ਼ੋਰਟ, ਯੂ ਨੋ ਇਟਸ ਬਿਊਟੀਫੁਲ, ਕਿਉਂ ਗਵਾ ਲੈਂਦੇ ਹਾਂ ਅਸੀਂ ਉਸੀ ਪ੍ਰੋਬਲਮ ਦੇ ਵਿੱਚ ਬੈਠ ਕੇ, ਠੀਕ ਹੈ ਡਰ ਨੇ, ਉਹ ਡਰ ਦੇ ਅੱਗੇ ਬੜਾ ਕੁਛ ਹੈ ਨਾ, ਇੱਕ ਵਾਰੀ ਕਦਮ ਤਾਂ ਪੁੱਟੋ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਆਈ ਐਮ ਰੀਅਲੀ ਡਿਸਹਾਰਟਨਡ, ਇਹ ਨਹੀਂ ਕਿ ਕੋਈ ਨਵੀਂ ਗੱਲ ਪਤਾ ਲੱਗੀ ਹੈ, ਕੋਈ ਸਰਪ੍ਰਾਈਜ਼ ਨਹੀਂ ਹੋ ਰਿਹਾ ਮੈਨੂੰ ਕਿ ਕੌਨਫਲਿਕਟ ਜਿਹੜਾ ਹੈਗਾ ਹੈ ਇਨਲੋਜ਼, ਯੂ ਨੋ, ਜਾਂ ਦੋ ਜਨਰੇਸ਼ਨ ਹੀ ਛੱਡ ਦਿਓ ਤੁਸੀਂ, ਨੂੰਹ ਨਾਲ ਹੀ ਨਹੀਂ ਪੁੱਤਰ ਨਾਲ ਵੀ, ਡਿਫਰੈਂਟ ਜਨਰੇਸ਼ਨਸ, ਕੌਨਫਲਿਕਟ ਜਿਹੜਾ ਹੈ ਉਹ ਮੁੱਕਦਾ ਨਹੀਂ। ਮਤਲਬ ਬਜ਼ੁਰਗਾਂ ਨੂੰ ਚਾਹੀਦਾ ਕਿ ਉਹ ਚੇਂਜ ਹੋਣ ਨੂੰ ਤਿਆਰ ਹੋਣ, ਠੀਕ ਹੈ ਬੜੇ ਪੱਕੇ ਅਸੂਲਾਂ ਨਾਲ ਸਾਰੀ ਜ਼ਿੰਦਗੀ ਨਿਕਾਲੀ ਹੈ, ਪਰ ਹੁਣ ਦੂਸਰੇ ਬੰਦੇ 'ਤੇ ਆਪਣੇ ਅਸੂਲ ਜਾਂ ਕੋਈ ਵੀ ਤਰੀਕੇ ਡਿਕਟੇਟ ਕਰਨ ਦਾ ਟਾਈਮ ਨਹੀਂ ਹੈ, ਪਿਆਰ ਨਾਲ ਰਹਿਣ ਦਾ। ਦੂਜਾ ਯੰਗਸਟਰਸ ਨੂੰ, ਅਗਰ ਉਹ ਹੀ ਕਿ ਬਈ ਉਹਨਾਂ ਨੇ ਇਹ ਕਰਤਾ, ਆਪਣੇ ਮਾਪਿਓ ਹੋਣ ਜਾਂ ਆਪਣੇ ਮਾਪਿਓ ਨਾਲ ਵੀ ਕਰ ਰਹੇ ਲੋਕ, ਬਈ ਤੁਸੀਂ ਵੀ ਤਾਂ ਕਰ ਸਕਦੇ ਹੋ। ਇੱਕ ਮੈਨੂੰ ਲੱਗਦਾ ਬੜੀ ਵਾਰੀ ਅਸੀਂ ਜਿਹੜਾ ਰਾਈਟ ਐਂਡ ਰੋਂਗ ਦੇ ਵਿੱਚ ਇੰਨਾ ਜ਼ਿਆਦਾ ਪਏ ਹੁੰਦੇ ਨਾ, ਇੰਝ ਹੀ ਹੋਣਾ ਚਾਹੀਦਾ, ਦੈਟਸ, ਉਹ ਵੀ ਡਿਸਟਰਬ ਕਰਦਾ ਕਿਉਂਕਿ ਹਰ ਵੇਲੇ ਤੁਹਾਡਾ ਦਿਮਾਗ ਇਹੀ ਰਹਿੰਦਾ ਕਿ ਮੈਂ ਗਲਤ ਹਾਂ, ਮੈਂ ਠੀਕ ਹਾਂ, ਤੁਸੀਂ ਗਲਤ ਹੋ ਜਾਂ ਫਲਾਣਾ ਗਲਤ ਹੈ, ਫਲਾਣਾ ਇੰਝ ਨਹੀਂ ਕਰਨਾ ਚਾਹੀਦਾ, ਸ਼ੁੱਡ ਬੀ, ਇਟਸ ਰੀਅਲੀ ਅਪਸੈਟਿੰਗ। ਬਟ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ ਅਰਪਨ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਗਿਆਨ ਸਿੰਘ ਜੀ। ਕੱਲ ਥੋੜੀ ਜਿਹੀ ਗੱਲ ਮੈਨੂੰ ਪੁੱਛਣੀ ਭੁੱਲ ਗਈ। ਹਾਂਜੀ, ਸਹੁਰਾ ਜੀ ਨੂੰ ਕਹਿੰਦੇ ਕਿੰਨੀ ਦੇਰ ਤੋਂ ਰਹਿ ਰਹੇ ਅਮਰੀਕਾ ਚ? 2010 ਤੋਂ ਰਹਿ ਰਹੇ ਹੈ, ਪਰ ਓਈ ਧਿਆਨ ਸਾਡਾ ਅੱਜ ਇਹੀ ਹੈ ਕਿ ਉਸ ਕੇਸ ਤੋਂ ਹਟੀਏ, ਕਿਉਂਕਿ ਉਹ ਖੁਦ ਵੀ ਬੜੇ ਸੈਂਸਿਟਿਵ ਵੀ ਹੋਏ ਹੋਏ ਹੈ ਕਿ ਸਾਰੇ ਕੀ ਕਹਿ ਰਹੇ ਹੈ ਸਾਡੇ ਬਾਰੇ, ਪਰ ਸਾਨੂੰ, ਮੈਂ ਬਹੁਤ ਵਾਰੀ ਇਹੀ ਗੱਲ ਕੀਤੀ ਹੈ ਕਿ ਇਹ ਕੇਸ ਤੋਂ ਸਾਨੂੰ ਹੋਰ ਬੜੀਆਂ ਗੱਲਾਂ ਧਿਆਨ ਆ ਰਹੀਆਂ ਕਿ ਹੋ ਰਿਹਾ ਸਾਡੀ ਕਮਿਊਨਿਟੀ 'ਚ। ਨਹੀਂ ਉਹ ਤਾਂ ਹੈ, ਉਹ ਤਾਂ ਹੈ ਜੀ, ਉਹ ਤਾਂ ਹੈ ਬਿਲਕੁਲ। ਇੱਥੇ ਡਾਈਵੋਰਸ ਆਮ ਗੱਲ ਬਣ ਗਈ ਹੈ, ਮੀਆਂ ਵੀ ਡਾਈਵੋਰਸ ਕਰ ਲੈਂਦੇ ਆ ਜੀ, ਤੇ ਮਾਂ ਪੇ ਵੀ ਤਾਂ ਬਹੁਤ ਵੱਖਰੇ ਰਹਿੰਦੇ ਹੈਗੇ ਇੱਥੇ। ਫਿਰ ਮੈਂ ਥੋੜਾ ਆਈਡੀਆ ਲੈਣਾ ਸੀਗਾ, ਉਹ ਬਾਰ ਬਾਰ ਕਹਿੰਦੇ ਜੇ ਵੀ ਸਾਨੂੰ ਕੁਛ ਪਤਾ ਨਹੀਂ, ਹਾਂਜੀ, ਸਿਟੀਜ਼ਨਸ਼ਿਪ ਕਿੱਦਾਂ ਲੈ ਲਈ? ਹਾਂ ਬਿਲਕੁਲ, ਟੈਸਟ ਪਾਸ ਕਰਨਾ ਪੈਂਦਾ, ਮੈਂ ਤਾਂ ਤੁਹਾਨੂੰ ਕੁਐਸਚਨ ਕੀਤਾ ਹੈ। ਸਹੀ ਹੈ, 2010 ਤੋਂ ਆਏ ਹੋਏ ਹੈ, ਫਿਰ ਕੀਤਾ, ਯੂ ਨੋ, ਓਈ ਕੌਨਫੀਡੈਂਸ ਚਾਹੀਦਾ ਥੋੜਾ ਜਿਹਾ, ਸਭ ਕੁਝ ਕਰ ਲੈਣਗੇ। ਨਹੀਂ ਮੈਂ ਦੱਸਿਆ ਨਾ ਵੀ ਸਿਟੀਜ਼ਨਸ਼ਿਪ ਕਿੱਦਾਂ ਲੈ ਲਈ, ਜੇ ਸਿਟੀਜ਼ਨਸ਼ਿਪ ਤਾਂ ਉੱਤੇ ਟੈਸਟ ਦੇਣਾ ਪੈਂਦਾ, ਸਭ ਕਰਨਾ ਪੈਂਦਾ, ਠੀਕ ਨੇ, ਜਾਂ ਤਾਂ ਮਿਨੀਮਮ 15 ਸਾਲ ਦਾ ਗ੍ਰੀਨ ਕਾਰਡ ਹੋਵੇ ਤਾਂ ਥੋੜੀਆਂ ਸਹੂਲਤਾਂ ਹੈਗੀਆਂ ਨਾ। ਹਾਂਜੀ, ਤੁਸੀਂ ਕਹਿੰਦੇ ਇੱਕਦਮ ਇਲੀਟਰੇਟ, ਇੱਕਦਮ ਕੁਛ ਨਹੀਂ ਜਾਣਦੇ ਉਹ ਮੀਆਂ ਬੀਵੀ, ਇੱਕ ਤੇ ਇਹ ਗੱਲ ਹੈਗੀ ਆ, ਠੀਕ ਨੇ, ਤੇ ਸਿਟੀਜ਼ਨਸ਼ਿਪ ਉਹਨਾਂ ਲੈ ਲਈ ਆ, ਤੇ ਮਤਲਬ ਇਹਦਾ ਮਤਲਬ ਇੰਨੇ ਨਹੀਂ ਜਾਣ ਬਣਦੇ। ਨੰਬਰ 1, ਇਸ ਤੋਂ ਪਹਿਲਾਂ ਮੁੰਡਾ ਵਿਆਹ ਸੀਗਾ ਉਹ? ਹਾਂਜੀ, ਕਿਸੇ ਗੋਰੀ ਨਾਲ ਸੀਗਾ, ਕਹਿੰਦੇ ਨੇ 16 ਸਾਲ ਉਹਦੇ ਨਾਲ ਰਿਹਾ, 2013 ਚ ਉਹਦੇ ਨਾਲ ਡਿਵੋਰਸ ਹੋ ਗਿਆ। ਸੋ ਉਸ ਦੇ ਨਾਲ ਕੱਟਦੇ ਰਹੇ ਹਨ। ਅੱਛਾ, 13 ਦਾ ਡਿਵੋਰਸ ਹੋਇਆ ਤੇ ਇਹ ਦੁਬਾਰਾ ਵਿਆਹ ਹੋਇਆ ਨਹੀਂ? ਦੇਰ ਬਾਅਦ ਕੀਤਾ ਹੈ ਨਾ, ਠੀਕ ਹੈ, 15 ਨੂੰ ਹੋਇਆ, 15 ਚ ਦੁਬਾਰਾ ਵਿਆਹ ਹੋਇਆ, 16 ਨੂੰ ਆਈ ਹੈ ਇੱਥੇ, ਠੀਕ ਹੈ, ਚਲੋ। ਹਾਂਜੀ, ਤੇ ਫਿਰ ਚਲੋ ਗਲਤੀ ਦੀ ਜਿਹੜੇ ਗੱਲ ਕੀਤੀ ਨਾ ਕਰ ਹੀ ਲਈ, ਤੇ ਹੁਣ ਤਾਂ ਇਹੀ ਤਰੀਕਾ ਹੈਗਾ ਸੌਖਾ, ਆਪਾਂ ਜੋ ਆਪਣੀ ਕਮਿਊਨਿਟੀ 'ਚ ਹੋ ਰਿਹਾ ਵੀ, ਜੋ ਮੈਂ ਸਮਝਦਾ ਨਾ ਅਰਬਨ ਜੀ, ਵੀ ਇੱਕ ਤਰਫਾ ਨਹੀਂ ਤਾੜੀ ਵੱਜਦੀ ਹੁੰਦੀ, ਜ਼ਰੂਰ ਜ਼ਰੂਰ ਕੁਛ ਨਾ, ਉਹ ਜਿਹੜੀ ਵਹੁਟੀ ਕੁੜੀ ਉਹਨਾਂ ਦੀ ਹੈਗੀ ਆ, ਉਹਦੀ ਉਹਨੂੰ ਪ੍ਰੋਬਲਮ ਪੁੱਛਣੀ ਚਾਹੀਦੀ ਕੀ ਹੈ ਤੈਨੂੰ ਇਹਨਾਂ ਤੋਂ? ਨਹੀਂ ਨਹੀਂ, ਦੋਨੋਂ ਵੱਲ, ਅਸੀਂ ਇਹ ਨਹੀਂ ਕਹਿ ਰਹੇ ਕਿ ਇਹਨਾਂ ਦੀ ਗਲਤੀ ਹੈ ਜਾਂ ਉਹਨਾਂ ਦੀ ਗਲਤੀ ਹੈ, ਪਰ ਓਵਰਆਲ ਅਸੀਂ ਹੁਣ ਇਹਨਾਂ ਤੋਂ ਹਟ ਕੇ ਹਟੀਏ, ਕਿਉਂਕਿ ਮੈਂ ਜਿਸ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਉਹ ਆਪ ਵੀ ਸੈਂਸਿਟਿਵ ਹੋ ਰਹੇ ਹੈ ਕਿ ਸਾਡੇ ਬਾਰੇ ਕੱਲ੍ਹ ਕਿਸੇ ਨੇ ਕਹਿ ਦਿੱਤਾ। ਅਰਬਨ ਜੀ, ਜੇ ਹਟ ਕੇ ਆਪਾਂ ਗੱਲ ਕਰਨੀ ਨਾ,
ਇਹ ਆਮ ਪਰਿਵਾਰਾਂ ਚ ਤਾਂ ਇਹ ਜਿਹੜਾ ਗੈਪ ਹੈਗਾ 25-30 ਸਾਲ ਦਾ ਸਾਡਾ ਉਹ ਹੈਗਾ ਹੀ ਆ, ਪਰ ਉਹਨੂੰ ਉਸ ਗੈਪ ਨੂੰ ਕਵਰ ਕਰਨ ਲਈ ਬੰਦੇ ਚ ਆਪਣੀ ਸਿਆਣਪ ਹੋਣੀ ਚਾਹੀਦੀ ਆ। ਜੇ ਉਹ ਵੱਡਾ ਉਮਰ ਚ ਬਣਿਆ ਤੇ ਉਹਦੇ ਸੋਚ ਸਭ ਵੀ ਵੱਡੀ ਹੋਣੀ ਚਾਹੀਦੀ ਆ, ਠੀਕ ਨਹੀਂ? ਸਾਡੀ ਉਮਰ ਨਾਲ ਵੱਡੇ ਹੋ ਜਾਣਾ ਨੇਗਾ। ਹੁਣ ਦੇਖੋ ਨਾ, ਅਸੀਂ ਮੁੰਡਾ ਵੀ ਵਿਆਹ 85 ਜੇ ਪੋਤਾ ਵੀ ਵਿਆਹ 10 ਵਿੱਚ ਤਾਂ ਕੋਈ ਪ੍ਰੋਬਲਮ ਆਈ ਨੀਗੀ, ਸਹੀ ਚੱਲੀ ਜਾਂਦਾ। ਪਰ ਉਹੀ ਹੈ ਨਾ, ਤੁਸੀਂ ਚੇਂਜ ਨੂੰ ਤਿਆਰ ਹੋ ਕੇ ਹੁਣ ਵੀ ਅਗਰ ਤੁਸੀਂ ਐਕਸਪੈਕਟ ਕਰੋ ਕੁੜੀ ਨੂੰ ਜਿਹੜੀ ਪੋਤਰ ਨੂੰ ਆਈ ਹੈ ਉਹ ਚੁੰਨੀ ਕਰਕੇ ਹੀ ਰਹੇ ਸਾਰਾ ਟਾਈਮ, ਹੋ ਸਕਦਾ ਕਰਦੀ ਵੀ ਹੋਏ, ਮੈਂ ਨਹੀਂ ਕਹਿ ਰਹੀ, ਪਰ ਕੋਈ ਐਸੀ ਚੀਜ਼ ਜਿਹੜੀ ਸ਼ਾਇਦ ਤੁਹਾਡੇ ਜ਼ਮਾਨੇ 'ਚ ਹੋਏ ਹੁਣ ਉਹ ਬੱਚੇ ਨਹੀਂ ਕਰ ਰਹੇ ਤਾਂ ਤੁਸੀਂ ਕਹੋਗੇ ਨਹੀਂ ਅੱਜ ਕੱਲ੍ਹ ਬੱਚਾ ਤੂੰ ਮੈਂ ਧੀਆਂ ਵਾਂਗੂ ਪਾਲ ਰਿਹਾ। ਦੇਖੋ ਮੇਰਾ ਪੋਤਾ ਇੱਥੇ ਜੰਮਿਆ ਪੜਿਆ, ਠੀਕ ਨੇ, ਪੜਿਆ ਜੰਮਿਆ ਇੰਡੀਆ 'ਚ, ਤੇ ਉਹ ਇੱਥੇ 20 ਸਾਲ ਇੱਥੇ 25 ਸਾਲ ਇੱਥੇ ਪੜਿਆ ਲਿਖਿਆ, ਤੇ ਕੁੜੀ ਅਸੀਂ ਇੰਡੀਆ 'ਚੋਂ ਲਿਆਂਦੀ ਆ, ਕੁੜੀ ਮੈਂ ਦੇਖਭਾਲ ਕੇ ਲਿਆ, ਜਾਣ ਪਛਾਣ 'ਚ ਲਿਆਂਦੀ, ਇੱਕ ਪ੍ਰੋਬਲਮ ਆਈ ਨੀ ਇੱਕ ਵਿਚਾਰਾ ਵੀ ਸਾਨੂੰ ਇਕਦਮ ਸਾਡੇ ਇਸ਼ਾਰਿਆਂ ਨਾਲ ਚੱਲਦੀ ਹੈ। ਸੋ ਇਹ ਤਾਂ ਆਪਣੀ ਆਪਣੀ ਸੋਚ ਵੀ ਜੋ ਇੰਨੇ ਉਹ ਜੇ ਉਹ ਜਦੋਂ ਦੱਸਿਆ ਸੀਗਾ ਵੀ ਜੇ ਇੰਨੀ ਭਾਰੀ ਪੈ ਗਈ ਉਹਨਾਂ 'ਤੇ, ਤੇ ਇਹ ਤਿੰਨ ਸਾਲ ਬੰਜੀ ਇਕੱਲੀ ਕੁੜੀ 'ਚ ਕਸੂਰ ਨਹੀਂ ਆਊਗਾ, ਤਿੰਨ ਮੈਚ ਦੱਸ ਦੇਣਾ, ਇਹ ਦੋਨੇ ਪਾਸੇ ਰਲ ਕੇ ਚੱਲਣਾ ਪੈਂਦਾ ਆ, ਆਪਣਾ ਕਸੂਰ ਮੰਨਦੇ ਨਹੀਂ ਹੋਣੇ, ਤੇ ਉਹ ਕੁੜੀ ਨੂੰ ਇਕੱਲੀ ਵਿਚਾਰੀ। ਤਾਂ ਹੀ ਮੈਂ ਗਿਆਨ ਸਿੰਘ ਜੀ ਕਹਿ ਰਹੀ ਹਾਂ ਨਾ, ਉਹਨਾਂ ਤੋਂ ਹਟ ਕੇ ਗੱਲ ਕਰੋ ਕਿ ਬਜ਼ੁਰਗਾਂ ਨੂੰ ਇਸ ਵੇਲੇ ਕੀ ਕਰਨਾ ਚਾਹੀਦਾ ਐਡਜਸਟ ਕਰਨ ਵਾਸਤੇ, ਤਾਂ ਕਿ ਕਲੇਸ਼ ਨਾ ਹੋਏ ਘਰ। ਬੰਦਾ ਚਾਹੀਦਾ ਕੋਈ ਜਿਹੜਾ ਜਾਂ ਦੋਵਾਂ ਦਾ ਸਾਂਝਾ ਬੰਦਾ ਹੋਵੇ, ਇਹ ਨਹੀਂ ਵੀ ਇਕੱਲੀਆਂ ਇਹਦੀਆਂ ਕੁੜੀਆਂ ਆ ਜਾਣ ਤੇ ਫੇਰ ਵੀ ਉਹ ਗੱਲ ਨਹੀਂ ਬਣਨੀ, ਇਹਦੇ 'ਚ ਉਹ ਬੰਦਾ ਹੋਵੇ ਜਿਹੜਾ ਉਹਦੇ ਵੱਲ ਦਾ ਵੀ ਗੱਲ ਕਰਨ ਵਾਲਾ ਹੋਵੇ, ਉਹਨੂੰ ਵੀ ਸਮਝਾਉਣ ਵਾਲਾ ਹੋਵੇ, ਇੱਦਾਂ ਗੱਲ ਬਣਨੀ। ਹੁਣ ਤਾਂ ਕੋਈ ਜੇ ਬਣਾਉਣੀ ਆ ਤਾਂ ਠੀਕ ਨਹੀਂ, ਕੁੜੀ ਨੂੰ ਸਮਝਾਉਣ, ਇਹਨਾਂ ਨੂੰ ਸਮਝਾਉਣ, ਹੈ ਨਾ, ਵੀ ਇਹਨਾਂ ਨੂੰ ਕਹਿਣ ਵੀ ਜੇ ਤੁਸੀਂ ਇੱਜ਼ਤ ਮਾਣ ਆਪਣਾ ਬਣਾਉਣਾ ਆ ਤੇ ਤੁਸੀਂ ਕੁਛ ਤੁਹਾਨੂੰ ਢਿੱਲੇ ਹੋਣਾ ਪਊਗਾ, ਤੁਹਾਨੂੰ ਕੁਛ ਗੱਲ ਮੰਨਣੀ ਪਊਗੀ, ਉੱਧਰ ਉਹਨੂੰ ਸਮਝਾਉਣਾ ਪਊਗਾ ਵੀ ਤੇਰਾ ਪਰਿਵਾਰ ਗਾਂ ਅੱਗੇ ਚੱਲਣਾ ਆ, ਤੈਨੂੰ ਲੋੜ ਹੈਗੀ ਨਾ ਬੱਚਿਆਂ ਨੂੰ ਗਾਂ ਚਲਾਉਣ ਲਈ, ਹੈ ਨਾ। ਦੂਸਰਾ ਇੱਕ ਹੋਰ ਸਵਾਲ, ਕਿਉਂਕਿ ਤੁਸੀਂ ਹੁਣ ਲਾਈਨ ਤੇ ਹੈਗੇ ਹੋ ਗਿਆਨ ਸਿੰਘ ਜੀ, ਤੁਹਾਨੂੰ ਕੀ ਲੱਗਦਾ ਜਿਵੇਂ ਕੱਲ ਤੁਹਾਡੇ ਮੂੰਹ ਨਿਕਲਿਆ ਸੀ ਕਿ ਮੈਚ ਕਰਕੇ ਕਰੋ, ਕਿਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਕਹਿੰਦੇ ਹੋ ਕਿ ਮੈਚ ਹੋਣੀਆਂ ਚਾਹੀਦੀਆਂ? ਅਸੀਂ ਮੈਚ ਕੀ, ਅਸੀਂ ਰਿਸ਼ਤੇ ਇੱਦਾਂ ਕੀਤੇ, ਹੁਣ ਦੇਖੋ ਨਾ, ਹੁਣ ਜਦੋਂ ਅਸੀਂ ਤੁਸੀਂ ਕਿਹੜੇ 2 ਦਿਨ ਚ ਕਰ ਲਾ, ਕੀ ਉਹ ਜਾਣਦੇ ਸੀ ਕੋਈ ਰਿਸ਼ਤੇ ਚ ਰਿਸ਼ਤਾ ਸੀ ਜਾਂ ਕੋਈ ਕੁਛ ਨੀ? ਪੇਪਰ ਤੋਂ ਦੇਖਿਆ 2 ਦਿਨ ਚ, 18 ਨੂੰ ਪਹੁੰਚਿਆ, ਜਿਵੇਂ ਮੈਂ ਐਗਜ਼ਾਮਪਲ ਦੇ ਰਹੀ, ਮੈਨੂੰ ਡੇਟ ਨਹੀਂ ਯਾਦ, 18 ਨੂੰ ਪਹੁੰਚਿਆ, 20 ਨੂੰ ਵਿਆਹ ਤੇ ਰਵਿੰਦਰ, ਜਿਹੜੀ ਜਿਹੜੀ ਨੀ ਕੁੜੀ 30-35 ਸਾਲ ਦੀ ਹੋਊਗੀ, ਉਹ ਵੀ ਡਿਵੋਰਸ ਹੀ ਹੋਊਗੀ ਜਾਂ ਵਿਡੋ ਹੋਊਗੀ, ਹੈ, ਜੇ ਕੁਆਰੀ ਹੋਊ ਤੇ ਕਿਉਂ ਕੁਆਰੀ ਰਹਿ ਗਈ, ਉਹ ਵੀ ਦੇਖੋ ਨਾ, ਆਪਸ ਚ ਗੱਲ ਤੇ ਕਰੋ। ਹਾਂਜੀ, ਮਤਲਬ ਉਹਦੇ ਨਾਲ ਪੁੱਛਿਆ ਹੀ ਹੋਊਗਾ ਜੇ ਡਿਵੋਰਸ ਹੋਇਆ ਤੇ ਕਿਉਂ ਹੋਇਆ, ਵਿਡੋ ਹੋਈ ਤੇ ਚੱਲ ਕਰ ਮਹਾਰਾਜ ਦੀ ਕਰਨੀ ਹੋ ਗਈ, ਹੈ, ਜੇ ਕੁਆਰੀ ਰਹੀ 35 ਸਾਲ ਬੈਠੀ ਤੇ ਕਿਉਂ ਬੈਠੀ ਰਹੀ, ਇਹ ਗੱਲਾਂ ਦੇਖਣੀ ਨਹੀਂ ਪੈਂਦੀਆਂ, ਦੇਖਣੀਆਂ ਨੀ ਚਾਹੀਦੀਆਂ ਸੀ ਇਹਨਾਂ ਨੂੰ? 2 ਦਿਨ ਚ ਕਿਉਂ ਵਿਆਹ ਕਰ ਲਿਆ, ਹੈ, 2 ਦਿਨ ਚ ਉਹ ਤਾਂ ਕਸੂਰ ਆ, ਗਲਤੀ ਕਰ ਲਈ ਆ, ਬਹੁਤ ਵੱਡੀ ਗੱਲ, ਬਹੁਤ ਜ਼ਿਆਦਾ ਵੱਡੀ ਗਲਤੀ ਕੀਤੀ ਆ, 2 ਦਿਨ ਚ ਇਹਨਾਂ ਕੁੜੀ ਬਾਰੇ ਕੀ ਦੇਖ ਲਿਆ? ਹਾਂ ਠੀਕ ਆ, ਕੋਈ ਆਪਣੇ ਰਿਸ਼ਤੇ 'ਚ ਰਿਸ਼ਤਾ ਹੋਵੇ ਤਾਂ ਉਹ ਤਾਂ ਬੰਦਾ ਚਲੋ ਤਸੱਲੀ ਮੰਨ ਸਕਦਾ ਹੈਗਾ ਨਾ, ਤੇ ਜਿਹੜਾ ਇਹ ਕੀ ਪਤਾ ਇਹਨਾਂ ਕਿੱਥੇ ਕੀਤਾ, ਉਪੜ ਕੀਤਾ, ਕਿੱਦਾਂ ਕੀਤਾ, ਕਿਉਂ, ਚਲੋ ਇਹ ਤਾਂ ਇਹੀ ਜਾਣ ਸਕਦੇ ਨਾ। ਹੁਣ ਤਾਂ ਇਹੀ ਆ ਵੀ ਕੋਈ ਸਾਂਝਾ ਬੰਦਾ ਵਿੱਚ ਹੋਵੇ ਜਿਹੜਾ ਉਹਨੂੰ ਵੀ ਸਮਝਾਵੇ ਵੀ ਤੇਰਾ ਵੀ ਇਕੱਲੀ ਦਾ ਗੁਜ਼ਾਰਾ ਨੇ, ਤੈਨੂੰ ਲੋੜ ਆ, ਤੇਰੇ ਬੱਚੇ ਸਾਹਮਣੇ ਆ, ਤੂੰ ਕੰਮ ਕਰਨਾ, ਤੇ ਇਹਨਾਂ ਨਾਲ ਬਣਾ ਕੇ ਰੱਖ, ਇਹਨਾਂ ਨੂੰ ਵੀ ਸਮਝਾਉਣਾ ਪਊਗਾ ਵੀ ਤੁਸੀਂ ਜੇ ਇੱਥੇ ਰਲ ਕੇ ਰਹਿਣਾ ਆ ਤੇ ਤੁਹਾਡੀ ਵੀ ਇੱਜ਼ਤ ਬਣੂਗੀ, ਇੱਜ਼ਤ ਕਰੂਗੀ, ਤੇ ਰਲ ਕੇ ਰਹੋ, ਕੁਛ ਟੈਲੀਓ ਕਰੋਗਾ, ਇਹ ਤਾਂ ਇੱਦਾਂ ਹੀ ਹੋ ਸਕਦੀ ਆ। ਕੋਈ ਬੱਚੇ ਬੰਦਾ ਸਿਆਣਾ ਪੈ ਜਾਏ, ਇੱਕ ਦਿਨ ਮੈਂ ਰਿਆੜ ਸਾਹਿਬ ਤੋਂ ਗੱਲ ਸੁਣੀ ਸੀਗੀ, ਉਹ ਕਹਿੰਦੇ ਸੀਗੇ ਵੀ ਅਸੀਂ ਕਈ 3-4 ਵਿਗੜਿਓ ਕੰਮ ਤਾਂ ਸਵਾਰੇ ਆ, ਵਿੱਚ ਸਿਆਣਾ ਬੰਦਾ ਸਵਾਰ ਸਕਦਾ, ਇਹ ਨਹੀਂ ਗੱਲ, ਅਗਰ ਸਾਡੇ ਲਾਗੇ ਹੋਣ ਤਾਂ ਮੈਂ ਜ਼ਰੂਰ ਹੈਲਪ ਕਰ ਸਕਦਾ ਆ, ਠੀਕ ਨਹੀਂ, ਇਹ ਕੋਈ ਉੱਥੇ ਦਾ ਲਾਗੇ ਦਾ ਬੰਦਾ ਸਿਆਣਾ ਹੋਵੇ, ਸਾਂਝੀ ਗੱਲ ਕਰਨ ਵਾਲਾ ਹੋਵੇ, ਇਹ ਨਾ ਖਾਲੀ ਉਹਨੂੰ ਕੁੜੀ ਨੂੰ ਦਵਾਈ ਜਾਣ, ਇਹ ਨਹੀਂ, ਸਾਂਝੀ ਗੱਲ ਕਰੇ, ਹੈ ਨਾ, ਤੇ ਫੇਰ ਗੱਲ ਬਣ ਸਕਦੀ ਜੇ ਉਹਨਾਂ ਹੁਣ ਰਲ ਕੇ ਰਹਿਣਾ ਚਾਹੁੰਦੇ ਆ ਤਾਂ। ਬਹੁਤ ਵਧੀਆ ਗਿਆਨ ਸਿੰਘ ਜੀ, ਫਿਰ ਭਾਵੇਂ ਕੋਸ਼ਿਸ਼ ਇਹੀ ਹੈ ਕਿ ਉਸ ਗੱਲ ਤੋਂ ਹਟੀਏ, ਪਰ ਕੀ ਕਰੀਏ, ਗੱਲ ਉੱਥੇ ਹੀ ਮੁਕਦੀ, ਬਾਰ ਬਾਰ ਉੱਥੇ ਹੀ ਹੈ, ਕਿਉਂਕਿ ਬੜੀਆਂ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਉਹਦੇ ਅਰਾਊਂਡ। ਹੁਣ ਮੈਂ ਇੱਕ ਹੋਰ ਵੀ, ਅਸੀਂ ਕੁਛ ਟ੍ਰਡੀਸ਼ਨ ਵੱਲੋਂ, ਅਸੀਂ ਸਾਨੂੰ ਸਭ ਨੂੰ ਪਤਾ ਅਸੀਂ ਸਾਡੀ ਜਿਹੜੀ ਪਿੱਛੋਂ ਕਲਚਰਲੀ ਅਸੀਂ ਹਮੇਸ਼ਾ ਮੁੰਡੇ ਮੰਗੇ ਹੈ, ਮੁੰਡੇ ਮੰਗਦੇ ਬੜੀ ਵਾਰੀ ਬੜਿਆਂ ਨੂੰ ਕਹਿੰਦੇ ਸੁਣਿਆ ਕਿ ਮੈਂ ਇੰਨਾ ਔਖਾ ਮੁੰਡਾ ਲਿਆ, ਫਿਰ ਇੰਨਾ ਔਖਾ ਮੁੰਡਾ ਪਾਲਿਆ, ਪਰ ਤੁਸੀਂ ਰਿਟਰਨ ਦੇ ਵਿੱਚ ਚਾਹ ਰਹੇ ਹੋ ਕਿ ਉਹ ਕਿਸੇ ਤਰ੍ਹਾਂ ਉਹਨੂੰ ਬੰਨ੍ਹ ਕੇ ਰੱਖ ਲਈਏ। ਇਹਨਾਂ ਦੀ ਨਹੀਂ ਗੱਲ ਕਰ ਰਹੀ ਮੈਂ, ਵੈਸੇ ਕਹਿ ਰਹੀ ਹਾਂ, ਬਹੁਤ ਸਾਰੇ ਬੰਦੇ ਇੰਝ ਦੀ ਗੱਲ ਸ਼ੇਅਰ ਕਰਦੇ ਨੇ
ਤੇ ਉਹ ਫਿਰ ਓਵਰ ਇਨ ਦ ਇਨ ਲਾਈਫ ਡਿਊਰਿੰਗ ਦ ਲਾਈਫ ਇੰਜ ਲੱਗਦਾ ਉਹਨਾਂ ਨੇ ਨਾ ਬੰਨ ਕੇ ਰੱਖਿਆ ਹੋਇਆ ਵੀ ਜੋ ਮੈਂ ਕਹਿੰਦਾ ਉਂਝ ਹੀ ਕਰੇ ਪਰ ਓਵਰਆਲ ਤੁਸੀਂ ਖੁਸ਼ੀ ਕਿਉਂ ਨਹੀਂ ਦੇਖਦੇ ਬੱਚੇ ਦੀ ਕਿ ਹਾਂ ਉਹ ਕਿਹਦੇ 'ਚ ਖੁਸ਼ ਹੈ ਉਹਨੂੰ ਡਿਸਟਰਬ ਕਰਕੇ ਉਹਦੀ ਲਾਈਫ ਨੂੰ ਡਿਸਟਰਬ ਕਰਕੇ ਹੀ ਤੁਸੀਂ ਕਿਵੇਂ ਸੋਚਦੇ ਹੋ ਕਿ ਮਤਲਬ ਉਹ ਕਰਜ਼ਾ ਮੁੱਕ ਜਾਏਗਾ ਜਾਂ ਕੀ ਹੋਏਗਾ ਕਿ ਹਾਂ ਬੜੀ ਮੁਸ਼ਕਿਲ ਨਾਲ ਲਿਆ ਸੀ ਬੜੀ ਮੁਸ਼ਕਿਲ ਨਾਲ ਪਾਲਿਆ ਸੀ ਹੁਣ ਉਹਦਾ ਫਰਜ਼ ਬਣਦਾ ਕਿ ਉਹ ਵੋਟੀ ਨੂੰ ਵੀ ਬਾਕੀ ਸਾਰੀਆਂ ਚੀਜ਼ਾਂ ਨੂੰ ਪ੍ਰਾਇਰਟੀ ਨਾ ਦੇ ਸਾਨੂੰ ਪ੍ਰਾਇਰਟੀ ਦੇ ਅਸੀਂ ਜੋ ਮਰਜ਼ੀ ਕਹੀਏ ਸੋ ਉਸ ਦੇ ਵਿੱਚ ਵੀ ਕੁਛ ਨਾ ਕੁਛ ਜਿਹੜੀ ਹੈ ਨਾ ਉਹ ਡਿਫੋਲਟ ਹੈਗਾ ਇਸ ਸੋਚ ਦੇ ਵਿੱਚ ਲੈਟ ਮੀ ਟੇਕ ਵਨ ਸਮਾਲ ਬ੍ਰੇਕ ਆਪਣੇ ਸਪੋਂਸਰਸ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ ਸੋ ਤੁਸੀਂ ਕਿਤੇ ਨਾ ਜਾਇਓ ਇਸੇ ਤਰ੍ਹਾਂ ਜੁੜੇ ਰਹੋ ਸਾਰਿਆਂ ਦਾ ਫਿਰ ਸਵਾਗਤ ਹੈ ਔਰ ਫਿਰ ਗੁਜ਼ਾਰਿਸ਼ ਹੈ ਕਿ ਕੇਸ ਵੱਲੋਂ ਕੱਲ੍ਹ ਦੇ ਕੇਸ ਤੋਂ ਹਟ ਕੇ ਹੋਰ ਸਾਰੀਆਂ ਚੀਜ਼ਾਂ ਜੋ ਧਿਆਨ ਆਉਂਦੀਆਂ ਉਹਦੇ ਬਾਰੇ ਕਮੈਂਟ ਕਰੋ ਪਲੀਜ਼ ਉਹਦੇ ਬਾਰੇ ਡਿਸਕਸ ਕਰੋ ਲੈਟਸ ਸੀ ਕੀ ਕਹਿ ਰਹੇ ਨੇ ਸਾਰੇ ਕੁਇਕਲੀ ਕਾਲਸ ਲੈਂਦੇ ਹਾਂ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਿੰਦਰ ਜੀ ਦੱਸੋ ਕੀ ਕਹਿੰਦੇ ਹੋ ਮੈਂ ਇਹ ਕਹਿਣਾ ਸੀ ਮੈਂ ਕਿ ਜਿਹੜੇ ਕਹਿੰਦੇ ਨੇ ਕਿ ਅਸੀਂ ਆਪਣਾ ਮੁੰਡਾ ਬੜਾ ਔਖਾ ਲਿਆ ਤੇ ਅਸੀਂ ਉਹਨੂੰ ਬੰਨ ਕੇ ਰੱਖਣਾ ਹੈ ਠੀਕ ਹੈ ਅਸੀਂ ਬੱਚਾ ਔਖਾ ਲਿਆ ਪਰ ਅਸੀਂ ਅਗਰ ਇਹ ਸੋਚ ਕੇ ਚੱਲੀਏ ਕਿ ਅਸੀਂ ਆਪਣੇ ਬੱਚੇ ਪਾਲ ਲਏ ਨੇ ਅਸੀਂ ਆਪਣੇ ਹਿਸਾਬ ਨਾਲ ਜ਼ਿੰਦਗੀ ਜੀ ਲਈਏ ਹੁਣ ਉਹਨਾਂ ਨੂੰ ਜੀਣ ਦਈਏ ਤੇ ਜ਼ਿੰਦਗੀ ਬੜੀ ਸੌਖੀ ਹੋ ਜਾਂਦੀ ਹੈ ਅਸੀਂ ਕੋਈ ਕਰਜ਼ੇ ਵਾਲਾ ਕੰਮ ਨਹੀਂ ਕੀਤਾ ਕਿ ਅਸੀਂ ਬੱਚਾ ਪਾਲਿਆ ਤੇ ਅਸੀਂ ਉਹਨਾਂ ਕੋਲ ਰਿਟਰਨ ਬੈਕ ਲੈਣਾ ਅਸੀਂ ਬੱਚਿਆਂ ਨੂੰ ਦਈਏ ਇਹੋ ਜਿਹੀਆਂ ਟ੍ਰੈਡੀਸ਼ਨਸ ਇਹੋ ਜਿਹੇ ਮੈਨਰਸ ਕਿ ਬੱਚੇ ਆਪਣੇ ਆਪ ਰਿਅਲਾਈਜ਼ ਕਰਨ ਅਸੀਂ ਉਹਨਾਂ ਤੇ ਫੋਰਸ ਨਾ ਕਰੀਏ ਉਹਨਾਂ ਤੇ ਪ੍ਰੈਸ਼ਰ ਨਾ ਪਾਈਏ ਬੱਚੇ ਖੁਦ ਆਪਣੀ ਸਮਝ ਦੇ ਨਾਲ ਦੇਖਣਗੇ ਸਾਡੇ ਪੇਰੈਂਟਸ ਨੇ ਕਿੰਝ ਕੀਤਾ ਸਾਡੇ ਨਾਲ ਉਹ ਆਪ ਰਿਟਰਨ ਬੈਕ ਕਰਨਗੇ ਅਸੀਂ ਇਹ ਸੋਚ ਕੇ ਨਾ ਚੱਲੀਏ ਕਿ ਅਸੀਂ ਉਹਨਾਂ ਨੂੰ ਬੰਨ ਕੇ ਰੱਖਣਾ ਨਹੀਂ ਅਸੀਂ ਜ਼ਿੰਦਗੀ ਜੀ ਲਈਏ ਹੁਣ ਅਸੀਂ ਉਹਨਾਂ ਨੂੰ ਜੀਣ ਦਈਏ ਜੀ ਬਹੁਤ ਵਧੀਆ ਥੈਂਕ ਯੂ ਸੋ ਮਚ ਰੀਅਲੀ ਐਪਰੀਸ਼ੀਏਟ ਦੈਟ ਲੈਟਸ ਸੀ ਕੀ ਕਹਿ ਰਹੇ ਨੇ ਹੋਰ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਹਾਂਜੀ ਸਤਿ ਸ਼੍ਰੀ ਅਕਾਲ ਸੁਰਿੰਦਰ ਜੀ ਦੱਸੋ ਕੀ ਕਹਿੰਦੇ ਹੋ ਹਾਂਜੀ ਇਹ ਕੱਲ ਵਾਲੇ ਕੇਸ ਬਾਰੇ ਗੱਲ ਚੱਲ ਰਹੀ ਹੈ ਅੱਜ ਵੀ ਨਹੀਂ ਅਸੀਂ ਦੇਖੋ ਬੜੀਆਂ ਸਾਰੀਆਂ ਗੱਲਾਂ ਵੱਲ ਧਿਆਨ ਗਿਆ ਕੱਲ ਹਾਂਜੀ ਸੋ ਉਹਨਾਂ ਗੱਲਾਂ ਵੱਲ ਕਮਿਊਨਿਟੀ ਦਾ ਧਿਆਨ ਜਾਣਾ ਬੜਾ ਜ਼ਰੂਰੀ ਹੈ ਇਸ ਸੋਚ ਨਾਲ ਅਸੀਂ ਕਿਹਾ ਸੀ ਕਿ ਅਸੀਂ ਥੋੜਾ ਕੰਟੀਨਿਊ ਰੱਖਾਂਗੇ ਹੁਣ ਉਸ ਕੇਸ ਬਾਰੇ ਨਾ ਗੱਲ ਕਰੀਏ ਪਰ ਬੜੀਆਂ ਚੀਜ਼ਾਂ ਜਿਸ ਤਰ੍ਹਾਂ ਮੈਚ ਦੀ ਗੱਲ ਕਿ ਮੈਚ ਤਾਂ ਦੇਖੀਏ ਕਦੀ ਲਾਲਚ ਵਿੱਚ ਆ ਰਿਹਾ ਕਦੀ ਸਾਨੂੰ ਦਿਖਦੇ ਸਾਰ ਕਿ ਬਈ ਇਹ ਮੈਚ ਸਹੀ ਨਹੀਂ ਹੈ ਫਿਰ ਵੀ ਅਸੀਂ ਕਿਸੇ ਨਾ ਕਿਸੇ ਲਾਲਚ ਪਿੱਛੇ ਵਿਆਹ ਕਰ ਲੈਂਦੇ ਹਾਂ ਭਾਵੇਂ ਉੱਥੇ ਵਾਲੇ ਨੇ ਦੂਸਰਾ ਕੌਨਫਲਿਕਟ ਜਿਹੜਾ ਹੈ ਇਨਲੋਜ਼ ਦਾ ਅਤੇ ਯੰਗਰ ਜਨਰੇਸ਼ਨ ਅਤੇ ਵੱਡੀ ਜਨਰੇਸ਼ਨ ਦਾ ਕੌਨਫਲਿਕਟ ਹੈ ਜਿਹੜਾ ਉਹ ਬੜਾ ਵੱਧ ਰਿਹਾ ਸੋ ਅਸੀਂ ਉਹ ਜਿਹੜੀ ਪਕੜ ਪਕੜੀ ਹੋਈ ਹੈ ਵੀ ਇਕੱਠੇ ਜ਼ਰੂਰ ਰਹਿਣਾ ਪਰ ਭਾਵੇਂ ਕਲੇਸ਼ 'ਚ ਰਹੀਏ ਉਸ ਚੀਜ਼ ਦੀ ਗੱਲ ਹੋ ਰਹੀ ਹੈ ਸੋ ਤੁਸੀਂ ਤੁਹਾਡਾ ਕਿਸ ਵੱਲ ਧਿਆਨ ਜਾਂਦਾ ਹਾਂਜੀ ਮੇਰਾ ਇਹ ਆ ਵੀ ਇਹ ਤਾਂ ਸਦੀਆਂ ਤੋਂ ਹੀ ਆਪਣੇ ਕੰਟਰੀ ਦਾ ਚੱਲ ਰਿਹਾ ਹੈ ਹਾਂਜੀ ਹਾਂਜੀ ਜਦੋਂ ਕੋਈ ਵੀ ਨੂੰਹ ਹੁੰਦੀ ਆ ਨਾ ਉਹ ਹਮੇਸ਼ਾ ਹੀ ਕਹਿੰਦੀ ਆ ਕਿ ਮੇਰੀ ਸੱਸ ਬੜੀ ਸਖਤ ਆ ਮੇਰਾ ਸਹੁਰਾ ਬੜਾ ਸਖਤ ਹੈ ਉਹੀ 25 ਸਾਲਾਂ ਬਾਅਦ ਉਹੀ ਜਿਹੜੀ ਨੂੰਹ ਆ ਨਾ ਉਹ ਸੱਸ ਬਣ ਜਾਂਦੀ ਆ ਹਾਂਜੀ ਪਰ ਹੁਣ ਕੀ ਕਰੀ ਉਸੇ ਚੱਕਰ ਦੇ ਵਿੱਚ ਫੇਰ ਬੰਦਾ ਪੈ ਜਾਂਦਾ ਉਹ ਜਿਹੜੀ ਨੂੰਹ ਆ ਜਾਂਦੀ ਆ ਫੇਰ ਉਹ ਸੱਸ ਨੂੰ ਥੱਲੇ ਲਾ ਦਿੰਦੀ ਆ ਮੈਨੂੰ ਲੱਗਦਾ ਇਹ ਪੋਲਿਟਿਕਸ ਵਾਂਗੂ ਨਾ ਜਿਹੜੀ ਇੱਕ ਸਰਕਾਰ ਆ 25 ਸਾਲ ਰਾਜ ਕਰ ਲੈਂਦੀ ਆ ਉਦੋਂ ਬਾਅਦ ਦੂਜੀ ਸਰਕਾਰ ਆ ਜਾਂਦੀ ਆ ਜਿਵੇਂ ਉਹ ਲੱਗਦਾ ਕਿ ਸਾਰਾ ਕੁਝ ਪਹਿਲਾਂ ਗਲਤ ਸੀ ਹੁਣ ਮੈਂ ਠੀਕ ਕਰਦਾ ਆਈ ਨੋ ਅਸੀਂ ਭੁੱਲ ਜਾਂਦੇ ਕਿ ਅਸੀਂ ਵੀ ਕਦੀ ਬੱਚੀਆਂ ਦੇ ਸੀਗੇ ਅਸੀਂ ਵੀ ਕਦੀ ਉਸ ਸਟੇਜ ਸੀਗੇ ਹਾਂਜੀ ਪਰ ਜੇ ਇਕੱਠੇ ਰਹਿਣਾ ਨਾ ਜਿੱਥੇ ਜੇ ਕਿਸੇ ਘਰ ਦੇ ਵਿੱਚ ਨਹੀਂ ਹੁੰਦਾ ਤੇ ਨਹੀਂ ਹੁੰਦਾ ਪਰ ਜੇ ਹੁੰਦਾ ਏ ਇਹ ਵੀ ਚੀਜ਼ਾਂ ਮੈਨੂੰ ਲੱਗਦਾ ਨਾਲ ਚੱਲਣ ਪਿੱਛੇ ਬਰਦਾਸ਼ਤ ਹੀ ਬੰਦੇ ਨੂੰ ਆਪਣੀ ਜੇ ਅਸੀਂ ਨਾਲ ਰਹਿਣਾ ਏ ਤੇ ਸਾਨੂੰ ਬਰਦਾਸ਼ਤ ਕਰਨਾ ਪਊਗਾ ਕਿਉਂਕਿ ਪਹਿਲਾਂ ਜਿਹੜੀ ਜਨਰੇਸ਼ਨ ਸੀ ਨਾ ਉਹ ਬਿਲਕੁਲ ਜਿਵੇਂ ਘਰੇ ਜੰਮੀ ਪਲੀ ਸੀਗੀ ਉਹਨਾਂ ਨੂੰ ਬਾਹਰਲੀ ਹਵਾ ਦਾ ਬਿਲਕੁਲ ਨਹੀਂ ਸੀ ਪਤਾ ਹੁੰਦਾ ਸਹੀ ਹੈ ਬਿਲਕੁਲ ਹੈ ਜੀ ਕਿਉਂਕਿ ਨੂੰਹਾਂ ਵੀ ਧੀਆਂ ਵੀ ਲਿਮਿਟ ਵਿੱਚ ਹੁੰਦੀਆਂ ਸੀ ਅੱਜ ਕੱਲ ਪੜ੍ਹਾਈ ਨੇ ਨਾ ਸਭ ਚੌਪਟ ਕਰਤਾ ਏ ਕੋਈ ਚੀਜ਼ ਕੰਟਰੋਲ ਦੇ ਵਿੱਚ ਕਿਸੇ ਦੇ ਰਹਿ ਨਹੀਂ ਗਈਗੀ ਇਸ ਲਈ ਕਿ ਬਸ ਆਪਣੀ ਜ਼ਿੰਦਗੀ ਆਰਾਮ ਨਾਲ ਰਹੋ ਜਿਵੇਂ ਕੋਈ ਜੇ ਹੁਣ ਪਹਿਲਾਂ ਜਿਵੇਂ ਉਹ ਕਹਿੰਦੇ ਹੁੰਦੇ ਸੀਗੇ ਬਾਰਾਂ ਵਰੇ
ਸੱਸੇ ਤੇਰੀਆਂ ਨੀ ਚੱਲੀਆਂ ਹੁਣ ਚੱਲਣਗੀਆਂ ਮੇਰੀਆਂ ਨੀ ਨੂੰਹਾਂ ਪਤਾ ਨੀ ਕੀ ਥਾਣੇਦਾਰਾਂ ਦੇ ਖੜਕਣ ਬੇੜੀਆਂ ਨੀ ਨਹੀਂ ਸਹੀ ਹੈ ਤੁਸੀਂ ਸਹੀ ਕਹਿ ਰਹੇ ਹੋ ਔਰ ਇਹਦੇ ਵਿੱਚ ਮੈਨੂੰ ਜ਼ਰੂਰ ਤੁਸੀਂ ਭਾਵੇਂ ਕੰਟਰੋਲ ਦੀ ਗੱਲ ਕਰੋ ਤੇ ਭਾਵੇਂ ਕੁਛ ਹੋਰ ਕੀ ਰਾਈਟ ਰੋਂਗ ਨਹੀਂ ਹੈ ਨਹੀਂ ਸੀਗੀ ਜੇ ਸੱਸੇ ਤੂੰ ਪੇੜੇ ਆਟਾ ਗੁੰਨਦੀ ਮੈਂ ਵੀ ਪੇੜੇ ਕਰਦੀ ਆਈ ਸੱਸੇ ਨੀ 12 ਤਾਰੀਏ ਮੈਂ 13 ਤਾਰੀਏ ਬਹੁਤ ਵਧੀਆ ਸੁਰਿੰਦਰ ਜੀ ਇਹ ਤੇ ਸਾਡੇ ਲੋਕਾਂ ਦੇ ਵਿੱਚ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਉਸ ਕੱਲ ਵਾਲੇ ਪਰਿਵਾਰ ਪਿੱਛੇ ਮੈਂ ਇਹ ਕਹਿੰਦੀ ਆ ਕਿ ਉਹਨਾਂ ਦੀਆਂ ਜੇ ਅਸੀਂ ਜੱਜ ਬਣਦੇ ਆ ਨਾ ਅਸੀਂ ਇੱਕ ਪਾਸੇ ਦੀਆਂ ਸੁਣ ਕੇ ਜੱਜਮੈਂਟ ਨਹੀਂ ਦੇ ਸਕਦੇ ਗੇ ਜੀ ਬਿਲਕੁਲ ਤੇ ਉਹਨਾਂ ਦੀਆਂ ਕੁੜੀਆਂ ਨੂੰ ਫੋਨ ਕਰੋ ਆਖ ਲਿਆ ਵੀ ਦੇ ਮਾਈ ਆਪਣੀ ਕੁੜੀਆਂ ਦਾ ਨੰਬਰ ਦੇ ਆਪਦੇ ਮੁੰਡੇ ਦਾ ਨੰਬਰ ਦੇ ਲਿਆ ਚਲੋ ਠੀਕ ਆ ਅਸੀਂ ਉਸ ਦੇ ਵਿੱਚ ਆਵਾਂਗੇ ਕੁੜੀਆਂ ਨੂੰ ਪੁੱਛੋ ਕੁੜੀਆਂ ਦਾ ਵੀ ਫਰਜ਼ ਹੈ ਮਾਂ ਪਿਓ ਨੂੰ ਰੱਖਣ ਦਾ ਬਿਲਕੁਲ ਥੈਂਕ ਯੂ ਸੋ ਮਚ ਸੁਰਿੰਦਰ ਜੀ ਨਹੀਂ ਬਾਹਰ ਰਹਿਣ ਠੀਕ ਆ ਸਭ ਆਪਣੇ ਆਪਣੀ ਲਾਈਫ ਰਹੋ ਤੇ ਜੇ ਕਿਸੇ ਨੂੰ ਲੋੜ ਆ ਉਹ ਮਾਂ ਕੋਲੇ ਜਾ ਵੜੂਗਾ ਮਾਂ ਨੂੰ ਲੋੜ ਆਪਣੇ ਬੱਚੇ ਕੋਲੇ ਜਾ ਵੜੂਗੀ ਜੀ ਬਿਲਕੁਲ ਸਹੀ ਚੱਲਦਾ ਏ ਕੋਈ ਨੀ ਠੀਕ ਆ ਕਿਸੇ ਦੀ ਰੀਸ ਕੁਛ ਨੀ ਹੁੰਦਾ ਗਾ ਤੇ ਜਿਹੜੇ ਅਣਮੈਚ ਆ ਜਿਵੇਂ ਹੁਣ ਗਿਆਨ ਸਿੰਘ ਉਹਨਾਂ ਦਾ ਪਤਾ ਕੀ ਆ ਜਿਵੇਂ ਇਹ ਕਿਸੇ ਦੀ ਸਮਝ ਲਓ ਕਿ ਬਹੁਤ ਚੰਗੀ ਕਿਸਮਤ ਹੁੰਦੀ ਆ ਕਈ ਵਾਰੀ ਸੰਯੋਗ ਮਿਲ ਜਾਂਦੇ ਬੰਦੇ ਦੇ ਹੱਥ ਵਿੱਚ ਹੀ ਨਹੀਂ ਹੁੰਦਾ ਗਾ ਕੁਛ ਬਿਲਕੁਲ ਥੈਂਕ ਯੂ ਸੋ ਮਚ ਸੁਰਿੰਦਰ ਜੀ ਹੋਰ ਪੁੱਛ ਲੈਂਦੇ ਆ ਕੀ ਕਹਿ ਰਹੇ ਨੇ ਬਹੁਤ ਬੰਦੇ ਕਾਲ ਕਰ ਰਹੇ ਨੇ ਹੈਲੋ ਥੋੜਾ ਜਿਹਾ ਬਰੀਫ ਰਵੋ ਸਾਰੇ ਤੇ ਸਾਰਿਆਂ ਦੀ ਗੱਲ ਸੁਣ ਸਕਾਂਗੇ ਹੈਲੋ ਹੈਲੋ ਅਰਵਿੰਦ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਜੱਸ ਪੰਜਾਬੀ ਦੇ ਬਲ ਸਾਹਿਬ ਜੀ ਮੁੱਦੇ ਤੇ ਆਓ ਦੱਸੋ ਕੀ ਕਹਿੰਦੇ ਹੋ ਅੱਜ ਕੁਇਕਲੀ ਕਿਹੜਾ ਇਹ ਮੈਂ ਅੱਜ ਸਵੇਰੇ ਮੈਮਰੀ ਚ ਤੁਹਾਡਾ ਵੇਖ ਰਿਹਾ ਹੈ ਜੀ ਕਦੀ ਕਦੀ ਬੰਦਾ ਉਹ ਹੀ ਹੁੰਦਾ ਚੰਗਾ ਬੋਲਿਆ ਜਾਂਦਾ ਕਦੀ ਉਹ ਹੀ ਹੁੰਦਾ ਗਲਤ ਬੋਲ ਜਾਂਦਾ ਹਾਂਜੀ ਹਾਂਜੀ ਤੇ ਉਹ ਸਰਦਾਰ ਇਕਬਾਲ ਸਿੰਘ ਲਾਲਪੁਰ ਹੋਣੇ ਦੀ ਤੁਸੀਂ ਇੰਟਰਵਿਊ ਕਰਾ ਰਹੇ ਤੇ ਉਧਰੋਂ ਬੜਾ ਬੋਲਿਆ ਮੈਂ ਕਈ ਵਾਰ ਵੇਖ ਲੈਂਦਾ ਬਹੁਤ ਚੰਗਾ ਬੋਲੇਗਾ ਕਈ ਵਾਰ ਮੈਂ ਹੀ ਉਹ ਬੰਦਾ ਨਾ ਜਸ ਟੀਵੀ ਦਾ ਪਲੇਟਫਾਰਮ ਹੀ ਹੁੰਦਾ ਮੇਰੀਆਂ ਗੱਲਾਂ ਕਈਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਜੀ 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 ਤੇ ਇਸ ਕਰਕੇ ਫੈਸਲਾ ਇਹ ਕਰਨਾ ਚਾਹੀਦਾ ਬਹੁਤ ਸ਼ੋਰਟਲੀ ਜੀਓ ਔਰ ਜੀਨੇ ਦੋ ਬਹੁਤ ਵਧੀਆ ਜੀ ਬਿਲਕੁਲ ਇਹ ਅਗਰ ਅਸੀਂ ਸਾਰੇ ਮੋਟੋ ਰੱਖ ਲਈਏ ਨਾ ਖਾਸ ਕਰ ਘਰਾਂ ਦੇ ਵਿੱਚ ਕਿ ਸਾਰੇ ਲੈਟ ਲਿਵ ਯੂ ਨੋ ਆਪਣੀ ਜ਼ਿੰਦਗੀ ਜੀਓ ਦੂਜੇ ਨੂੰ ਜਿਸ ਤਰ੍ਹਾਂ ਜੀ ਰਹੇ ਜੀਣ ਦਿਓ ਉਹ ਕੌਨਫਲਿਕਟਸ ਖਤਮ ਹੋ ਜਾਣਗੇ ਥੈਂਕ ਯੂ ਸੋ ਮਚ ਬਲ ਸਾਹਿਬ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ ਹੈਲੋ ਹਾਈ ਅਰਵਿੰਦ ਨਮਸਕਾਰ ਹਾਂਜੀ ਸੁਦਰਸ਼ਨ ਜੀ ਦੱਸੋ ਮੈਂ ਕਹਿੰਦੀ ਹਾਂ ਅਰਵਿੰਦ ਜੀ ਕਿ ਕੱਲ੍ਹ ਦੀ ਗੱਲ ਬਿਲਕੁਲ ਨਹੀਂ ਹੋਣੀ ਚਾਹੀਦੀ ਲੈਟ ਦੈਮ ਡੂ ਵਟ ਐਵਰ ਦੇ ਵਾਂਟ ਟੂ ਡੂ ਤੇ ਮੈਚ ਜ਼ਰੂਰ ਦੇਖ ਲੈਣਾ ਚਾਹੀਦਾ ਕੋਈ ਜਲਦੀ ਦੇ ਵਿੱਚ ਕੰਮ ਨਹੀਂ ਕਰਨੇ ਚਾਹੀਦੇ ਔਰ ਸਾਡੇ ਬਜ਼ੁਰਗਾਂ ਵਾਸਤੇ ਮੈਂ ਆਪਣੇ ਨੁਮਾਇੰਦੇ ਤੌਰ ਨਹੀਂ ਕਹਿ ਰਹੀ ਸਾਨੂੰ ਵਾਸਤੇ ਇਹ ਚਾਹੀਦਾ ਹੈ ਕਿ ਅਸੀਂ ਜ਼ਰਾ ਉਹਨਾਂ ਨੂੰ ਸਪੇਸ ਦੇਈਏ ਅਸੀਂ ਆਪਣੇ ਆਪ ਨੂੰ ਹਮੇਸ਼ਾ ਇਹ ਨਾ ਸੋਚੀਏ ਕਿ ਅਸੀਂ ਹੀ ਠੀਕ ਹਾਂ ਬੱਚੇ ਬੜੀ ਜਗ੍ਹਾ ਠੀਕ ਹੁੰਦੇ ਜੇ ਸਾਡੇ ਨਾਲ ਵੀ ਉਹਨਾਂ ਦੀ ਸੋਚ ਬੜੀ ਅੱਛੀ ਹੈ ਤੁਸੀਂ ਜਿੰਨਾ ਆਪਣਾ ਕੰਪਰੋਮਾਈਜ਼ ਕਰ ਸਕਦੇ ਹੋ ਕਰੋ ਤੇ ਤੁਹਾਡਾ ਸੁਖੀ ਜੀਵਨ ਹੈ ਤੁਸੀਂ ਨਾ ਦਖਲ ਅੰਦਾਜ਼ੀ ਕਰੋ ਕਿਸੇ ਦੇ ਵਿੱਚ ਨਾ ਉਹਨਾਂ ਦੀਆਂ ਲੱਤਾਂ ਖਿੱਚੋ ਤੇ ਬੜੀ ਇੱਜ਼ਤ ਨਾਲ ਰਹੋਗੇ ਮੈਂ ਤੇ ਆਪਣਾ ਐਗਜ਼ਾਮਪਲ ਦਿੰਦੀ ਹਾਂ ਦੇਖੋ ਜੀ ਮੈਂ ਬਾਕੀਆਂ ਦਾ ਤੇ ਕਹਿ ਨਹੀਂ ਸਕਦੀ ਸ਼ਾਂਤੀ ਨਾਲ ਰਹਿ ਸਕਦੇ ਹੋ ਅਗਰ ਤੁਸੀਂ ਦਖਲ ਨਹੀਂ ਦਿਓਗੇ ਤੇ ਆਪਣੇ ਆਪ ਨੂੰ ਤੁਸੀਂ ਸੱਸ ਸਹੁਰਾ ਸਮਝ ਕੇ ਉੱਥੇ ਅੜੇ ਨਹੀਂ ਰਹੋ ਰਾਈਟ ਬਿਲਕੁਲ ਬਿਲਕੁਲ ਬਹੁਤ ਵਧੀਆ ਥੈਂਕ ਯੂ ਸੋ ਮਚ ਕਿਉਂਕਿ ਬੜਾ ਜ਼ਰੂਰੀ ਹੈ ਯੂ ਨੋ ਕਿ ਉਸੇ ਏਜ ਦੇ ਵਿੱਚ ਉਸੇ ਸਾਰੀ ਸਿਚੁਏਸ਼ਨ 'ਚ ਜਿਵੇਂ ਸੁਦਰਸ਼ਨ ਜੀ ਹੈ ਗਿਆਨ ਸਿੰਘ ਜੀ ਹੈ ਬੱਚਿਆਂ ਨਾਲ ਰਹਿ ਰਹੇ ਹੈ ਕੁਛ ਸਾਨੂੰ ਜਿਹੜਾ ਅਗਰ ਉਹਨਾਂ ਦਾ ਰਾਈਟ ਹੋ ਰਿਹਾ ਠੀਕ ਹੈ ਸੁਰਿੰਦਰ ਸਿੰਘ ਸੁਰਿੰਦਰ ਭੈਣ ਜੀ ਦੀ ਗੱਲ ਵੀ ਠੀਕ ਹੈ ਕਿ ਕਈ ਵਾਰੀ ਸੰਜੋਗਾਂ ਦੀ ਗੱਲ ਹੈ ਸਿਚੁਏਸ਼ਨ ਕਿਉਂ ਠੀਕ ਹੋ ਰਿਹਾ ਬਟ ਹਰ ਸਿਚੁਏਸ਼ਨ 'ਚ ਅਸੀਂ ਸੋਚਦੇ ਹਾਂ ਵੀ ਇੱਥੇ ਠੀਕ ਬੈਠ ਰਿਹਾ ਮੈਂ ਦੇਖਾਂ ਵਟ ਹੀ ਇਜ਼ ਡੂਇੰਗ ਵਟ ਆਈ ਐਮ ਨੋਟ ਡੂਇੰਗ ਮੈਂ ਕੀ ਕੁਛ ਸਿੱਖ ਸਕਦੇ ਹਾਂ ਵੀ ਇਹ ਕੁਛ ਤਾਂ ਠੀਕ ਕਰ ਰਹੇ ਹਾਂ ਜਿਹਦੇ ਨਾਲ ਸਾਰਾ ਕੁਛ ਠੀਕ ਚੱਲ ਰਿਹਾ ਸੋ ਇਗਨੋਰ ਕਰ ਰਹੇ ਨੇ ਆਪਣੀ ਜ਼ਿੰਦਗੀ ਜੀ ਰਹੇ ਨੇ ਦੂਜੇ ਨੂੰ ਜੀਣ ਦੇ ਰਹੇ ਨੇ ਜਿਵੇਂ ਸੁਦਰਸ਼ਨ ਜੀ ਨੇ ਕਿਹਾ ਸਪੇਸ ਦੇ ਰਹੇ ਨੇ ਉਹ ਸਾਰਾ ਕੁਛ ਬੜਾ ਇੰਪੋਰਟੈਂਟ ਹੈ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਨੇ ਪਲੀਜ਼ ਕਾਲ ਕਰਦੇ ਰਹੋ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਨੂੰ ਗਿਆਨ ਸਿੰਘ ਦਾ ਨੰਬਰ ਦੇ ਆ ਗਿਆ ਗਿਆਨ ਸਿੰਘ ਜੀ ਨੰਬਰ ਨੋਟ ਕਰ ਲਓ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਹਾਂਜੀ ਮੈਂ ਤੁਹਾਨੂੰ ਗਿਆਨ ਸਿੰਘ ਜੀ ਦਾ ਨੰਬਰ ਬਾਅਦ ਵਿੱਚ ਦੇ ਦੇਣੀ ਆ ਓਕੇ ਹੈਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਜਸਪਾਲ ਜੀ ਦੱਸੋ ਕੀ ਕਹਿੰਦੇ ਹੋ ਅਰਵਿੰਦ ਜੀ ਗੁਰ ਮੈਂ ਇਹ ਕਹਿਣਾ ਚਾਹੁੰਦਾ ਕਿ ਗੁਰਬਾਣੀ ਦੀ ਪੰਕਤੀ ਆ ਕਿ ਅਤ ਨ ਬਹੁਤਾ ਬੋਲਣਾ ਅਤ ਨ ਬਹੁਤੀ ਚੁੱਪ
ਜ਼ਿਆਦਾ ਬੋਲਣਾ ਤੇ ਜ਼ਿਆਦਾ ਚੁੱਪ ਰਹਿਣਾ ਵੀ ਠੀਕ ਨਹੀਂ। ਅੱਛਾ ਜੀ। ਤੇ ਮੇਰੇ ਕੋਲ ਇੱਕ ਲਿਵਿੰਗ ਐਗਜ਼ਾਮਪਲ ਮੇਰੀ ਵਾਈਫ ਹੈ। ਹਾਂਜੀ। ਉਹ ਮੈਂ ਇੱਕ ਦੇਖ ਕੇ ਗੱਲ ਕਰ ਸਕਦਾ ਕਿ ਸਾਨੂੰ ਆਪਣੇ ਆਪ ਤੇ ਅਗਰ ਵਰਕ ਕਰ ਲਈਏ ਸਾਡੀ ਦੁਨੀਆ ਤਾਂ ਚੇਂਜ ਨਹੀਂ ਕਰ ਸਕਦੇ। ਹਾਂਜੀ ਹਾਂਜੀ ਹਾਂਜੀ। ਉਹਦੇ ਵਿੱਚ ਇਹ ਆ ਕਿ ਮਤਲਬ ਉਹਨਾਂ ਨੂੰ ਪਬਲਿਕਲੀ ਦੇ ਵਿੱਚ ਦੇਖਦੇ ਹੋ, ਵਿਚਰਦੇ ਹੋ, ਸਭ ਕੁਛ ਕਰਦੇ ਹੋ, ਉਹਨਾਂ ਨਾਲ ਤਾਂ ਸੱਸ ਨਾਲ ਕੋਈ ਦਿੱਕਤ ਆਈ ਹੈ ਨਾ ਕਿਸੇ ਹੋਰ ਨਾਲ ਆਈ ਹੈ, ਅੱਜ ਤੱਕ ਕੋਈ ਪ੍ਰੋਬਲਮ ਮੈਂ ਨਹੀਂ ਦੇਖੀ। ਅੱਜ ਮੈਂ ਸੋਚਦਾ ਕਿ ਮੈਂ ਵੀ ਉਹਨੂੰ ਫੋਲੋ ਕਰਾਂ। ਮੇਰਾ ਮਤਲਬ ਇਹ ਕਹਿੰਦਾ ਹੈ ਕਿ ਬੰਦੇ ਦੇ ਉੱਪਰ ਆਪਣੇ ਤੇ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਚੱਲਣਾ, ਸਾਰੀ ਦੁਨੀਆਂ ਨੂੰ ਤੁਸੀਂ ਬਦਲ ਸਕਦੇ, ਮੇਰਾ ਤਾਂ ਖਿਆਲ ਇਹੀ ਹੈ। ਆਈ ਨੋ ਜਸਪਾਲ ਜੀ, ਮੈਂ ਸੋਚ ਸਕਦੀ ਹਾਂ ਕਿ ਹਾਂ ਆਫਕੋਰਸ, ਉਹ ਤਾਂ ਯੂ ਕਹਿੰਦੇ ਨਾ ਥੰਬ ਰੂਲ ਹੈ ਕਿ ਆਪਣੇ ਆਪ ਨੂੰ ਸਹੀ ਕਰ ਲਾਂਗੇ ਸਾਰੀ ਦੁਨੀਆ ਸਹੀ ਹੋ ਜਾਏਗੀ, ਪਰ ਕਈ ਸਿਚੁਏਸ਼ਨਸ ਜੋ ਮੇਰੇ ਕੋਲ ਆਉਂਦੀਆਂ ਵਾਕਈ ਕਿਸੇ ਦਾ ਇੰਝ ਲੱਗਦਾ ਵੱਸ ਵੀ ਨਹੀਂ ਹੈ, ਯੂ ਨੋ ਬੜੀਆਂ ਸਾਰੀਆਂ ਸਿਚੁਏਸ਼ਨਸ ਆਉਂਦੀਆਂ। ਸੋ ਇਸ ਤਰ੍ਹਾਂ ਨਾਲ ਹੁਣ ਇਸ ਵੇਲੇ ਅਸੀਂ ਮਨ ਸਮਝ ਵੀ ਸਕਦੇ ਹਾਂ ਕਿ ਡਰ ਹੈ, ਇੱਕ ਉਮਰ ਦੇ ਨਾਲ ਤੁਸੀਂ ਜਿਸ ਤਰ੍ਹਾਂ ਜੀ ਰਹੇ ਹੋ ਉਸੇ ਤਰ੍ਹਾਂ ਜੀਣ ਦੀ ਆਦਤ ਪੈ ਗਈ ਹੈ, ਸੋ ਕੁਛ ਨਵਾਂ ਕਰਨ ਤੋਂ ਡਰ ਹੈ, ਇੱਕ ਝਿਜਕ ਹੈ ਉਸ ਚੀਜ਼ ਦੀ। ਹਾਂਜੀ ਹਾਂਜੀ, ਥੈਂਕ ਯੂ ਸੋ ਮਚ ਜੀ। ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਗਿਆਨ ਸਿੰਘ ਜੀ ਦਾ ਨੰਬਰ ਚਾਹੀਦਾ। ਗਿਆਨ ਸਿੰਘ ਜੀ ਦਾ ਨੰਬਰ ਹੁਣ ਮੈਨੂੰ ਨਹੀਂ ਪਤਾ ਕਿ ਮੈਂ ਇੱਥੇ ਦੇ ਦਾਂ। ਇੱਥੇ ਦੇ ਦੋ, ਸਾਰੇ ਲਿਖ ਲਓਗੇ। ਦੈਟਸ ਫਨੀ ਬਟ ਆਈ ਨੋ। 253-939। ਦੁਬਾਰਾ ਬੋਲੋ ਜੀ, ਦੁਬਾਰਾ ਪਿੱਛੇ ਕਰਕੇ ਦੇਖ ਲਿਆ ਕਰੋ, ਟਾਈਮ ਇੰਨਾ ਨਹੀਂ ਹੁੰਦਾ। 253-239-2254। ਥੈਂਕ ਯੂ ਜੀ। ਗਿਆਨ ਸਿੰਘ ਜੀ, ਤੁਹਾਡੀ ਬੜੀ ਲੋੜ ਮਹਿਸੂਸ ਹੋ ਰਹੀ ਹੈ ਸਾਰਿਆਂ ਨੂੰ, ਪਰ ਇਸੇ ਪਿੱਛੇ ਸ਼ਾਇਦ ਕਿ ਹਾਂਜੀ ਰਿਸ਼ਤੇ ਕਰਾ ਦੇਣਗੇ, ਔਰ ਰਿਸ਼ਤੇ ਫਿਰ ਵੀ ਗਿਆਨ ਸਿੰਘ ਜੀ ਦੀ ਪੂਰੀ ਰਿਸਪੋਂਸੀਬਿਲਟੀ ਨਹੀਂ ਬਣ ਜਾਂਦੀ। ਯੂ ਗਾਇਸ ਹੈਵ ਟੂ ਟੇਕ ਫੁੱਲ ਰਿਸਪੋਂਸੀਬਿਲਟੀ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਮੈਚ ਕਰੋਗੇ। ਹੈਲੋ, ਹਾਂਜੀ ਅਰਵਿੰਦ ਜੀ। ਹਾਂਜੀ ਹਾਂਜੀ ਬਲਸਾ। ਬਿਮਾਰੀ ਇਹ ਨਹੀਂ ਹੈਗੀ ਜੀ ਬਜ਼ੁਰਗਾਂ ਦੀ ਜਾਂ ਬੱਚਿਆਂ ਦੀ, ਜਿਹੜੀ ਘਰ 'ਚ ਬਿਮਾਰੀ ਆਉਣ ਵਾਲੀ ਹੈ ਨਾ, ਸਾਡਾ ਸਿੱਖ ਜਮ 'ਤੇ ਬਣਿਆ ਹੀ ਇਹ ਪਵਿੱਤਰ ਸਭ ਤੋਂ। ਹਾਂਜੀ। ਅਤੇ ਅੱਜ 1000 ਲੜਕਿਆਂ ਪਿੱਛੇ 800 ਕੁਝ ਲੜਕੀਆਂ ਰਹਿ ਗਈਆਂ ਸਾਰੇ ਧਰਮਾਂ ਤੋਂ ਪਿੱਛੇ। ਹਾਂਜੀ। ਅਤੇ ਤੁਸੀਂ ਵੇਖੋ ਜਦੋਂ ਸਾਡੇ ਮਨ 'ਚ ਹੀ ਇਹ ਲੜਕਾ ਬੜਾ ਔਖਾ ਹੋ ਕੇ ਪੈਦਾ ਕੀਤਾ ਤੇ ਲੜਕੀਆਂ ਉਦਾਂ ਹੀ, ਤਿੰਨ ਲੜਕੀਆਂ ਵੀ ਹੈ ਇਹਨਾਂ ਦੀਆਂ, ਪਰ ਲੜਕੇ ਵਾਲੇ ਕਹਿੰਦੇ ਨੇ ਲੜਕਾ ਬੜਾ ਔਖਾ ਹੋ ਕੇ ਪੈਦਾ ਕੀਤਾ। ਹਾਂਜੀ ਹਾਂਜੀ। ਉਹਦੀ ਗੱਲ ਛੱਡ ਦੋ, ਸਮਾਜ 'ਚ ਆਓ, ਜਿਹੜੇ ਸਮਾਜ ਸੇਵਕ ਇੱਥੇ ਆਉਂਦੇ ਨੇ ਜੀ ਅਸੀਂ ਭਲਾ ਕਰਾਦੇ, ਗੁਰਦੁਆਰਿਆਂ 'ਚ ਜਾ ਕੇ ਪੀਂਡ ਲਾਉਣ ਜਿੱਥੇ ਸਾਡੇ ਬਗੈਰ ਨੌ ਸੱਸ ਦੀ ਲੜਾਈ ਤੋਂ ਪੱਗਾਂ ਲੱਗਦੀਆਂ। ਧੰਨਵਾਦ ਜੀ। ਕਿੱਥੇ ਆਪਾਂ ਚਲੇ ਜਾਂਦੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ ਜੀ? ਮੈਂ ਜਤਿੰਦਰ ਸਿੰਘ ਬੋਲ ਰਿਹਾ ਟੈਲੀਫੋਨੀਆ। ਹਾਂਜੀ ਦੱਸੋ ਜਤਿੰਦਰ ਜੀ, ਕੀ ਕਹਿੰਦੇ ਹੋ? ਮੈਂ ਹੈਲੋ ਹੈਲੋ ਹਾਂਜੀ, ਸਾਰੇ ਤੁਹਾਡੀ ਗੱਲ ਸੁਣ ਰਹੇ ਹੈ, ਕੁਝ ਕਹਿਣਾ ਤੁਸੀਂ? ਮੈਂ ਕਹਿੰਦਾ ਵੀ ਇਸ ਤਰ੍ਹਾਂ ਇਹ ਜਿਹੜੇ ਘਰ ਵਾਲੇ ਬਜ਼ੁਰਗਾਂ ਨੂੰ ਬਾਹਰ ਨਹੀਂ ਜਾਣ ਦਿੰਦੇ। ਹੈਲੋ, ਹਾਂਜੀ ਹਾਂਜੀ, ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਆ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਪ ਕੌਣ ਬੋਲ ਰਹੇ ਜੀ? ਜਿਹਦੇ ਤੁਸੀਂ ਕਿੱਥੇ ਮਿਲਾਇਆ? ਮੈਂ ਅਰਵਿੰਦ ਬੋਲ ਰਹੀ ਹਾਂ ਜਸ ਗੱਲਬਾਤ ਤੋਂ, ਦੱਸੋ ਜੀ ਕੀ ਕਹਿੰਦੇ ਹੋ? ਹੈਲੋ, ਹਾਂਜੀ ਤੁਹਾਡੀ ਆਵਾਜ਼ ਸਾਰਿਆਂ ਨੂੰ ਪਹੁੰਚ ਰਹੀ ਹੈ ਜੀ। ਮੈਂ ਇਹ ਕਹਿ ਰਹੀ ਹਾਂ ਜੀ, ਮੈਂ ਮੇਰੀ ਪੋਤੀ ਹੋਈ ਸੀ, ਮੈਂ 10 ਸਾਲ ਤੋਂ ਆਈ ਹੋਈ ਹਾਂ। ਅੱਛਾ ਜੀ। ਤੋ ਮੈਂ ਹਮੇਸ਼ਾ ਜੋ ਮੇਰੀ ਬਹੂ ਕਹਿੰਦੀ ਉਹੀ ਕਰਦੀ ਹਾਂ, ਘਰ 'ਚ ਸ਼ਾਂਤੀ ਹੋਣੀ ਚਾਹੀਦੀ, ਜਿੱਦਾਂ ਕੋਈ ਬੱਚਾ ਕਹਿੰਦਾ ਉੱਦਾਂ ਹੀ ਮੰਨੀ ਜਾਓ। ਹਾਂਜੀ, ਪਰ ਮਨ ਉਹਦੇ ਵਰਗੀ ਕੋਈ ਰੀਤ ਨਹੀਂ ਹੈ, ਲੇਕਿਨ ਸਾਡੇ ਘਰ 'ਚ ਸਾਡੀ ਨੂੰਹ ਦੀ ਚੱਲਦੀ ਆ। ਚੱਲਦੀ ਹੈ, ਪਰ ਤੁਸੀਂ ਮਨ ਤੇ ਭਾਰ ਲੈ ਕੇ ਮੰਨ ਨਹੀਂ ਜਾਂਦੇ ਹੋ ਕਿ ਵੈਸੇ ਠੀਕ ਹੈ ਚੱਲਣ ਵਾਸਤੇ ਚੱਲਦੇ ਹੋ? ਵੀ ਮਨ 'ਚ ਗੁੱਸਾ ਆਉਂਦਾ ਹੈ, ਲੇਕਿਨ ਮੰਨੀ ਪੈਂਦੀ ਆ, ਕਿਉਂਕਿ ਚਾਰ ਗੱਲਾਂ ਸੁਣਨ ਨਾਲੋਂ ਇੱਕ ਚੁੱਪ ਹੀ ਠੀਕ ਹੈ। ਚਲਾਣ ਵਾਸਤੇ ਚੱਲਦੇ ਆ। ਜੀ 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 ਜੀ, ਓਕੇ, ਥੈਂਕ ਯੂ ਫੋਰ ਕਾਲਿੰਗ, ਯੂ ਨੋ ਉਹ ਵੀ ਇੱਕ ਐਸਪੈਕਟ ਹੈਗਾ, ਜ਼ਰੂਰ ਸਾਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਮੈਂ ਰਘਵੀਰ ਬੋਲਦਾ। ਹਾਂਜੀ ਦੱਸੋ ਕੀ ਕਹਿੰਦੇ ਹੋ, ਕਿਉਂਕਿ ਸਮਾਂ ਬੜਾ ਘੱਟ ਰਹਿ ਗਿਆ, ਦੱਸੋ ਕੀ ਕਹਿੰਦੇ ਹੋ? ਹਾਂਜੀ
ਇਹਦੇ ਚ ਏਦਾਂ ਵਾ ਇਹ ਕੋਈ ਕੱਲੇ ਨਾ ਆਪਾਂ ਜੇ ਕਹੀਏ ਬਈ ਨੋਹਾਂ ਦਾ ਜਾਂ ਕਿਵੇਂ ਆ, ਇੱਥੇ ਸਾਰੇ ਹੀ ਪ੍ਰੋਬਲਮ ਇਹੀ ਆ। ਹਾਂਜੀ ਹਾਂਜੀ ਹਾਂਜੀ, ਇਹਦੇ ਚ ਏਦਾਂ ਮਤਲਬ ਜਿਵੇਂ ਹੁਣ ਸਾਡਾ ਹੀ ਲਾ ਲਓ, ਸਾਡੀ ਛੋਟੀ ਭੈਣ ਆ, ਉਹਨੇ ਮਤਲਬ ਪਹਿਲਾਂ ਤਾਂ ਮਾਂ ਪਿਓ ਨਾਲ ਐਵੇਂ ਕੀਤੀ ਆ ਤੇ ਜੁਆਇੰਟ ਅਕਾਊਂਟ ਰੱਖੇ ਹੋਏ ਆ, ਪੈਸਾ ਵੀ ਨੀ ਛੱਡਦੀ ਉਹ ਅਕਾਊਂਟ ਦੇ ਵਿੱਚ, ਚਾਹੇ ਪੈਨਸ਼ਨਾਂ ਲੱਗੀਆਂ ਵੀ ਆ ਚਾਹੇ ਕੁਛ ਵੀ ਆ। ਹੁਣ ਉਹਨਾਂ ਦੀ ਡੈਥ ਹੋ ਗਈ, ਹੁਣ ਉਦੋਂ ਮਗਰੋਂ ਮੇਰਾ ਸਾਰਾ ਕੰਟਰੋਲ ਉਹਦੇ ਹੱਥ ਚ ਆ, ਤੇ ਉਹ ਟੇਕ ਕੇਅਰ ਸਾਡੀ ਤਿੰਨਾਂ ਦੀ, ਸਾਡੀ ਉਹ ਭਰਾ ਦੇ ਘਰ ਵਾਲੀ ਵੀ ਕਰਦੀ ਰਹੀ, ਉਦੋਂ ਵੀ ਇਹਨੇ ਪੈਸਾ ਉਹਨਾਂ ਨੂੰ ਨੀ ਦਿੱਤਾ। ਤੇ ਫੇਰ ਇੱਕ ਪੰਜਾਬੀ ਕੁੜੀ ਅਸੀਂ ਰੱਖੀ, ਉਹਨੂੰ ਵੀ ਕੱਲੀ ਮਦਰ ਦੇ ਪੈਸੇ ਦੇ ਦਿੰਦੀ ਸੀ, ਦੂਜੇ ਦੋਹਾਂ ਦੇ ਸਾਡੇ ਆਪ ਲਈ ਜਾਂਦੀ, ਤੇ ਕਰਦੀ ਸਿਰਫ ਪੇਪਰ ਵਰਕ ਸੀਗੀ। ਕਈ ਵਾਰੀ ਇੱਥੋਂ ਤੱਕ ਵੀ ਜਾਣੀ ਉਹਨੇ ਗੁਰਦੁਆਰੇ ਮੱਥਾ ਟੇਕਣ ਨੂੰ ਡਾਲਰ ਤੋਂ ਵੀ ਜਵਾਬ ਦੇ ਦਿੰਦੀ, ਠੀਕ ਆ। ਤੇ ਮਤਲਬ ਇਹ ਆਪਾਂ ਕੱਲੀਆਂ ਨੋਹਾਂ ਨੂੰ ਜਾਂ ਹੋਰ ਕਿਸੇ ਨੂੰ ਨੀ ਕਹਿੰਦੇ। ਦੂਜਾ ਜਿਹੜਾ ਆਪਾਂ ਕਹਿੰਦੇ ਨਾ ਵੀ ਪੈਨਸ਼ਨ ਲੱਗੀ ਆ ਤੁਸੀਂ ਅਲੱਗ ਰਹਿ ਲਓ, ਜੇ ਕਰ ਲਓ ਵੋ ਕਰ ਲਓ, ਉਹਦੇ ਚ ਕਾਫੀ ਕੁਛ ਕਰਨਾ ਪੈਂਦਾ, ਉਹ ਜਾਣਕਾਰ ਬੰਦਾ ਹੀ ਕਰ ਸਕਦਾ। ਹਰੇਕ ਵੇ ਹਰੇਕ ਸਾਲ ਰੀਨਿਊ ਕਰਾਉਣੇ ਆ ਪੇਪਰ, ਤੇ ਥੋਂ ਥੋਂ ਜਾਣਾ ਕਿਤੇ ਡਾਕਟਰ ਦੇ ਕਿਤੇ ਹੋਰ ਕਿਤੇ ਕਿਤੇ, ਉਹ ਦੂਜੇ ਬੰਦੇ ਨੂੰ ਸਾਡੇ ਵਰਗੇ ਨੂੰ ਜਿਹਦੇ ਕੋਲ ਸਾਧਨ ਹੀ ਨੀ ਕੋਈ, ਉਹ ਵਿਚਾਰਾ ਕਿੱਥੇ ਜਾਊ, ਕਿਹਨੂੰ ਕਹੂਗਾ, ਕਿਵੇਂ ਕਰੂਗਾ, ਬਾਕੀ ਲੈਂਗੁਏਜ ਦੀ ਪ੍ਰੋਬਲਮ ਆ ਜਾਂਦੀ ਹੈ। ਬਹੁਤ ਵਧੀਆ, ਥੈਂਕ ਯੂ ਸੋ ਮਚ, ਤੁਹਾਡੀ ਕਾਲ ਬਹੁਤ ਇੰਪੋਰਟੈਂਟ ਸੀ, ਕਿਉਂਕਿ ਸਾਰਾ ਜਿਹੜਾ ਸੀ ਯੂ ਨੋ ਕੀ ਹੋ ਰਿਹਾ ਉਹਦਾ ਹੱਲ ਕੁਛ ਨਹੀਂ ਜੋ ਅਸੀਂ ਡਿਸਕਸ਼ਨ ਕਰ ਰਹੇ ਨਾ, ਖਾਸ ਤੌਰ 'ਤੇ ਅਬਿਊਜ਼ ਹੈ ਜਿਵੇਂ ਮੈਂ ਕੱਲ੍ਹ ਕਹਿ ਰਹੀ ਸੀ, ਰੀਅਲ ਹੈ ਇਹਨਾਂ ਦੇ ਨਾਲ। ਅਸੀਂ ਤਾਂ ਹੀ ਮੈਂ ਕਹਿ ਰਹੀ ਸੀ ਇਸ ਕੇਸ ਤੋਂ ਹਟੀਏ, ਕਿਉਂਕਿ ਫਿਰ ਸਾਡਾ ਦਿਮਾਗ ਜਾਂਦਾ ਕੁੜੀ ਠੀਕ ਹੈ, ਬਜ਼ੁਰਗ ਠੀਕ ਨੇ, ਕੌਣ ਠੀਕ ਹੈ, ਕੌਣ ਗਲਤ ਹੈ, ਰਾਈਟ ਐਂਡ ਰੋਂਗ ਤੋਂ ਹਟ ਕੇ ਹੀ ਕੋਈ ਗੱਲ ਨੂੰ ਦੇਖ ਸਕਦੇ ਹਾਂ। ਸੋ ਅਬਿਊਜ਼ ਆਪਣੀ ਕਮਿਊਨਿਟੀ ਦੇ ਵਿੱਚ ਹੋ ਰਿਹਾ, ਸਹੀ ਕਹਿ ਰਹੇ ਨੇ ਕਿ ਨੂੰਹਾਂ ਰਾਹੀਂ ਨਹੀਂ, ਪੁੱਤਰਾਂ ਧੀਆਂ ਰਾਹੀਂ ਵੀ। ਸੋ ਫਾਈਨੈਂਸ਼ੀਅਲ ਅਬਿਊਜ਼ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਆਪਣੇ ਕੰਟਰੋਲ 'ਚ ਪੈਸਾ ਰੱਖਣਾ, ਡਾਲਰ ਵੀ ਆਪਣੇ ਭਾਵੇਂ ਤੁਹਾਨੂੰ ਸੋਸ਼ਲ ਸਿਕਿਉਰਿਟੀ ਤੁਹਾਨੂੰ ਮਿਲ ਰਹੀ ਹੈ ਪਰ ਪੇਪਰਾਂ ਸ਼ੇਪਰਾਂ ਦੀ ਉਹ ਕਰਨੀ ਹੈ, ਇਸ ਪਿੱਛੇ ਤੁਸੀਂ ਆਪਣੇ ਬੱਚੇ ਜਿਹੜੇ ਆ ਆਪਣੇ ਲਈ ਜਾਂਦੇ ਔਰ ਤੁਹਾਨੂੰ ਨਹੀਂ ਦਿੰਦੇ। ਸੋ ਇਹ ਸਾਰਾ ਅਬਿਊਜ਼ ਜਿਹੜਾ ਇਹਦਾ ਇਹ ਵੀ ਸਹੀ ਹੈ ਕੰਕਲੂਜਨ ਕਿ ਠੀਕ ਹੈ ਇਹ ਸਭ ਰਿਪੋਰਟ ਕਰ ਸਕਦੇ ਹਾਂ, ਰਿਸੋਰਸਿਸ ਹੈਗੇ ਹੈ, ਪਰ ਉਹ ਬਿਲਕੁਲ ਲਾਸਟ ਰਿਜ਼ੋਰਟ ਹੈ। ਉਸ ਤੋਂ ਪਹਿਲੇ ਬੜੇ ਸਾਰੀ ਚੀਜ਼ਾਂ ਜਿਹੜੀਆਂ ਅਸੀਂ ਮਨ ਦੀ ਸਥਿਤੀ ਆਪਣੀ ਬਦਲ ਕੇ ਸ਼ਾਇਦ ਸਿਚੁਏਸ਼ਨ ਬਦਲ ਸਕਦੇ ਹਾਂ ਕਿ ਇਗਨੋਰ ਕਰੀਏ, ਇੱਥੇ ਹੀ ਬੈਟਰ ਹੈ ਸਾਰਾ ਕੁਛ, ਯੂ ਨੋ ਅਸੀਂ ਉਹਨਾਂ ਦਾ ਫਾਇਦਾ ਕਰੀਏ ਉਹ ਸਾਡਾ ਫਾਇਦਾ ਕਰਨਗੇ, ਉਹਨਾਂ ਨੂੰ ਪਿਆਰ ਕਰੀਏ ਉਹ ਸਾਨੂੰ ਪਿਆਰ ਮਿਲੇਗਾ, ਜੇ ਉਹਨਾਂ ਪਾਸੇ ਸੋਚੀਏ ਤਾਂ ਬੜੀਆਂ ਸਾਰੀਆਂ ਚੀਜ਼ਾਂ ਤੋਂ ਬਚ ਸਕਦੇ ਹਾਂ। ਪਰ ਫਿਰ ਵੀ ਜੇ ਉਸ ਨੌਬਤ ਆਏ ਕਿ ਉਹ ਨਹੀਂ ਹੋ ਸਕਦਾ, ਫਿਰ ਡੈਫੀਨੇਟਲੀ ਰਿਸੋਰਸਿਸ ਬੜੇ ਆ, ਅਮੈਰੀਕਾ 'ਚ ਬੈਠੇ ਹੋ, ਥੋੜ੍ਹੀ ਜਿਹੀ ਹਿੰਮਤ ਕਰਨ ਦੀ ਲੋੜ ਹੈ, ਕੰਫਰਟ ਜ਼ੋਨ ਤੋਂ ਨੈਕਸਟ ਜਾਣ ਦੀ ਲੋੜ ਹੈ, ਸਭ ਕੁਛ ਹੋ ਜਾਂਦਾ, ਕਿਉਂਕਿ ਉਹ ਵੀ ਇੱਕ ਪੇਪਰ ਭਰਨਾ ਸਭ ਕੁਛ ਸਾਰੀ ਹੈਲਪ ਹੈਗੀ ਹੈ, ਤੁਹਾਡੀ ਆਪਣੀ ਪੰਜਾਬੀ ਦੇ ਵਿੱਚ ਤੁਸੀਂ ਮੰਗੋਗੇ ਹੈਲਪ ਹੈਗੀ ਹੈ, ਪਰ ਹਿੰਮਤ ਕਰਨੀ ਪੈਗੀ। ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਪਹਿਲੇ ਸਾਰਾ ਕੁਛ ਕਰਕੇ ਦੇਖ ਲਓ, ਫਿਰ ਉਹ ਰਿਜ਼ੋਰਟ 'ਤੇ ਹੈ ਹੀ ਹੈ। ਥੈਂਕ ਯੂ ਸੋ ਮੱਚ, ਸਾਰਿਆਂ ਨੇ ਸਾਥ ਦਿੱਤਾ, ਬੜੀ ਓਪਨ ਡਿਸਕਸ਼ਨ ਸੀਗੀ ਡਿਫਰੈਂਟ ਡਿਫਰੈਂਟ ਟੋਪਿਕਸ ਦੀ, ਬਟ ਗੱਲ ਮੁੱਕਦੀ ਗੱਲ ਇਹ ਹੈ ਕਿ ਆਪਸ ਵਿੱਚ ਰਲ ਮਿਲ ਕੇ ਰਹੋ, ਇੱਕ ਦੂਜੇ ਨੂੰ ਸਪੇਸ ਦਵੋ, ਉਹਦੇ 'ਚ ਹੀ ਖੁਸ਼ੀ ਹੈ। ਥੈਂਕ ਯੂ ਸੋ ਮੱਚ ਫੋਰ ਨਾਓ, ਸਤਿ ਸ਼੍ਰੀ ਅਕਾਲ।